रेडियो चंद प्रदेशी दे मान मत्ते श्रोतो स्वागत है तुहाडा रेडियो चंद प्रदेशी दी पंजाबी सत दे विच मैं हां तुहाडा दोस्त होस्ट सरवण सिंह टवाणा अमेरिका दी विंडी ते ठंडी सिटी शिकागो तों शुरू करदा जी अज दा प्रोग्राम पंजाबी सत। साडे नाल जुड़ चुके ने सरदार संतोख सिंह गिल सरदार तों। गिल साहब सत श्री अकाल जी, गुड मॉर्निंग, की हाल चाल ने तुहाडे? सत श्री अकाल तुहाडा जी, गुड मॉर्निंग, हाल चाल ठीक ने? ਠੀਕ ਠਾਕ ਹੋਣੇ ਚਾਹੀਦੇ ਨੇ। ਤੁਸੀਂ ਕੱਲ ਮੈਨੂੰ ਡਰਾਈ ਜਾਂਦੇ ਸੀ ਵੀ ਨਹੀਂ ਆਊਗਾ, ਪਰ ਸਾਡੇ ਤਾਂ ਇੱਕ ਜਿਹੜੀ ਮਾੜੀ ਮੋਟੀ ਪੱਤਰ ਪੈਂਦੀ ਸੀ ਪੌਜੀ ਦਾ ਬੱਦਲਾਂ ਦੀ, ਉਹ ਵੀ ਉੱਡ ਗਈ, ਹੁਣ ਜਮਾਂ ਸਾਫ਼ ਪਿਆ ਵਾ। ਮੈਨੂੰ ਇਹ ਤਾਂ ਨੀ ਪਤਾ ਮੀਂਹ ਦੇ ਕਰਕੇ ਉਦਾਸ ਹੋ ਜਾਂ ਕਿਸੇ ਹੋਰ ਕਰਕੇ ਉਦਾਸ ਹੋ, ਤੁਸੀਂ ਉਦਾਸ ਅੱਜ ਕੱਲ ਬਹੁਤ ਰਹਿਣ ਲੱਗ ਗਏ, ਹਰ ਗੱਲ ਦੇ ਵਿੱਚ ਉਦਾਸੀ, ਕਿਹੜੀ ਇਹੋ ਜਿਹੀ ਗੱਲ ਹੋ ਗਈ? ਕਦੇ ਕਬਸ਼ ਉਦਾਸ ਹੈ ਯਾਰੋ, ਅਲਵਦਾ ਅਲਵਦਾ ਅਲਵਦਾ, ਕਿਹਨੂੰ ਅਲਵਦਾ ਕਹੀ ਜਾਂਦੇ ਆ ਜੀ? ਸਾਡੇ ਗੁਆਂਢ ਮੁਲਕ ਹੈ ਤੁਰਕੀ, ਜਿੱਥੇ ਦੀ ਚਰਚਾ ਪਹਿਲਾਂ ਕੁਛ ਦਿਨ ਪਹਿਲਾਂ ਇਮਰਾਨ ਖਾਨ ਜਿਹੜੇ ਸਾਡੇ ਫਿਲਮੀ ਕਲਾਕਾਰ ਨੇ, ਜਦੋਂ ਉਹ ਤੁਰਕੀ ਦੀ ਧਰਤੀ ਤੇ ਆਪਣੀ ਫਿਲਮ ਦੇ ਆਮਿਰ ਖਾਨ ਸ਼ੂਟਿੰਗ ਲਈ ਆਮਿਰ ਖਾਨ ਅਮਿਰ ਖਾਨ ਜਿਹੜੇ ਨੇ ਉਹ ਉੱਥੇ ਗਏ ਸੀ ਤੇ ਉੱਥੋਂ ਵੀ ਰਾਸ਼ਟਰਪਤੀ ਦੀ ਪਤਨੀ ਨਾਲ ਚਾਹ ਦਾ ਕੱਪ ਸਾਂਝਾ ਕਰਕੇ ਸਾਰੇ ਦੇਸ਼ ਦੇ ਵਿੱਚ ਉਹਦੀ ਤੋਏ ਤੋਏ ਹੋਈ ਸੀ। ਪਰ ਅੱਜ ਜਿਸ ਗੱਲੋਂ ਮੈਂ ਉਦਾਸ ਹੈ ਉਹ ਹੈ ਵੀ ਤੁਰਕੀ ਦੀ ਇੱਕ ਬਹੁਤ ਹੀ ਬਹਾਦਰ ਕੁੜੀ ਇਬਰੂ ਫਾਤਮਾ ਟਿੰਟਿਕ ਜੀ, ਇਹ ਇੱਕ ਵਕੀਲ ਸੀ ਜੀ, ਤੇ ਇਹਨੇ ਬਹੁਤ ਹੀ ਬਹਾਦਰੀ ਭਰੀ ਜ਼ਿੰਦਗੀ ਆਪਣੀ ਜਿਉਈ ਹੈ, ਪਰ ਹੁਣ ਇਹ ਸਾਨੂੰ ਅੱਗ ਵਧਾ ਗਈ ਆ। 238 ਦਿਨਾਂ ਦੀ ਲੰਬੀ ਭੁੱਖ ਹੜਤਾਲ ਤੋਂ ਬਾਅਦ 2 ਦਿਨ ਪਹਿਲਾਂ ਤੁਰਕੀ ਦੇ ਵਿੱਚ ਉਹਦੀ ਮੌਤ ਹੋ ਗਈ ਹੈ, ਤੇ ਪਿਛਲੇ ਲੰਬੇ ਸਮੇਂ ਤੋਂ ਜਿਹੜਾ ਉੱਥੋਂ ਦਾ ਇਸਤਾਬੁਲ ਦਾ ਜਿਹੜਾ ਹਸਪਤਾਲ ਹੈ ਉਹਦੇ ਚ ਬਿਹਤਰ ਸਮਾਜ ਦੀ ਉਸਾਰੀ ਲਈ ਤੇ ਬਰਾਬਰੀ ਵਾਲੇ ਸਮਾਜ ਦੀ ਉਸਾਰੀ ਲਈ ਇਹਨੇ ਆਪਣੀ ਜਾਨ ਕੁਰਬਾਨ ਕਰਤੀ ਹੈ। ਤੇ ਕਮਾਲ ਦੀ ਗੱਲ ਇਹ ਹੈ ਵੀ ਉਦਾਸ ਕੱਲਾ ਤੁਰਕੀ ਜਾਂ ਸੰਤੋਖ ਗੱਲ ਹੀ ਨਹੀਂ ਹੈ, ਉਦਾਸ ਸਾਰੀ ਦੁਨੀਆਂ ਇਸ ਗੱਲ ਦੇ ਉੱਤੇ, ਇਨਸਾਫ ਪਸੰਦ ਸਭ ਲੋਕ ਅੱਜ ਇਸ ਵੱਲੋਂ ਉਦਾਸ ਨੇ। ਪਰ ਜਦੋਂ ਉਹਨੂੰ ਦਫਨਾਉਣ ਵਾਸਤੇ ਉਹਦੀ ਜਿਹੜੀ ਅੰਤਿਮ ਯਾਤਰਾ ਸੀ, ਉਹ ਜਦੋਂ ਉਹਦਾ ਜਨਾਜ਼ਾ ਉੱਥੇ ਨਿਕਲਿਆ ਤੁਰਕੀ ਦੇ ਵਿੱਚ, ਜਵਾਨਾ ਜੀ, ਲੋਕਾਂ ਨੇ ਕਿਸੇ ਕੋਰੋਨਾ ਦੀ ਪਰਵਾਹ ਨਹੀਂ ਕੀਤੀ, ਲੋਕਾਂ ਨੇ ਕਿਸੇ ਬੰਦਸ਼ਾਂ ਨੂੰ ਨਹੀਂ ਮੰਨਿਆ, ਲੋਕ ਹਜ਼ਾਰਾਂ ਦੀ ਗਿਣਤੀ ਚ ਸੜਕਾਂ ਦੇ ਉੱਤੇ ਆਪਣੀ ਉਸ ਮਹਿਬੂਬ ਨੇਤਾ ਨੂੰ ਆਖਰੀ ਸਲਾਮ ਕਹਿਣ ਲਈ ਫੁੱਲਾਂ ਨੂੰ ਹੱਥਾਂ ਚ ਲੈ ਕੇ ਖੜੇ ਸੀ, ਤੇ ਉਹਦਾ ਜਿਹੜਾ ਜਨਾਜ਼ਾ ਸੀ ਉਹ ਫੁੱਲਾਂ ਨਾਲ ਭਰ ਦਿੱਤਾ। ਤੇ ਜਦੋਂ ਉਹਨੂੰ ਉੱਥੇ ਇੱਕ ਜਿਹੜਾ ਕਬਰਸਤਾਨ ਸੀ ਉਹਦੇ ਚ ਦਫਨਾਇਆ ਗਿਆ, ਤਾਂ ਉਸ ਦਫਨਾਉਣ ਵੇਲੇ ਉਹਦਾ ਜਿਹੜਾ ਕਾਲਾ ਕੋਟ ਸੀ ਜਿਹਨੂੰ ਪਾ ਕੇ ਉਹ ਸਾਰੀ ਜ਼ਿੰਦਗੀ ਆਪਣੀ ਲੜਦੀ ਰਹੀ ਆ ਇਸ ਨਾ ਬਰਾਬਰੀ ਵਾਲੇ ਸਮਾਜ ਦੇ ਖਿਲਾਫ਼, ਉੱਥੋਂ ਦੀ ਸਰਕਾਰ ਦੇ ਖਿਲਾਫ਼, ਤਾਂ ਉਹ ਜਿਹੜਾ ਕਾਲਾ ਕੋਟ ਆ ਉਹ ਵਿਰਾਸਤ ਵਜੋਂ ਉਹਦੀ ਕਬਰ ਦੇ ਉੱਪਰ ਰੱਖਿਆ ਗਿਆ। ਤੇ ਤੁਹਾਡਾ ਵੀ ਸਾਰਾ ਵਕੀਲਾਂ ਦੀ ਇੱਕ ਆਰਗੇਨਾਈਜੇਸ਼ਨ ਜਿਹੜੀ ਸੀ ਉਹਨਾਂ ਦੇ ਵਿੱਚ ਸ਼ਾਮਲ ਸੀ ਬੀਬੀ ਇਬਰੂ ਫਾਤਮਾ, ਤੇ 2017 ਦੇ ਵਿੱਚ ਸਤੰਬਰ ਦੇ ਵਿੱਚ ਇਹਨੂੰ ਕੁਰਦਿਸ਼ ਰੈਵੋਲਿਊਸ਼ਨਰੀ ਫਰੰਟ ਦੀ ਮੈਂਬਰ ਹੋਣ ਦਾ ਇਲਜ਼ਾਮ ਲਾ ਕੇ ਇਹਨੂੰ ਟੈਰੋਰਿਸਟ ਦਾ ਐਲਾਨ ਕਰਤਾ ਸੀ, ਤੇ ਇਹ ਉਦੋਂ ਤੋਂ ਹੀ ਲਗਾਤਾਰ ਜਿਹੜੀ ਮਨੁੱਖੀ ਅਧਿਕਾਰਾਂ ਲਈ ਧੱਕੇਸ਼ਾਹੀਆਂ ਦੇ ਖਿਲਾਫ਼, ਔਰਤਾਂ ਦੇ ਹੱਕ ਚ, ਗਰੀਬਾਂ ਦੇ ਹੱਕ ਚ, ਤੇ ਸਾਡੇ ਵਰਗੇ ਮਾਤੜਾਂ ਦੇ ਹੁੰਦੇ ਅਤਿਆਚਾਰਾਂ ਦੇ ਖਿਲਾਫ਼ ਇਹ ਸਦਾ ਆਵਾਜ਼ ਬੁਲੰਦ ਕਰਦੀ ਰਹੀ ਆ। ਇਹ ਉਹਨਾਂ ਅਸਾਰਾ ਵਕੀਲਾਂ ਦੇ ਨਾਲ ਮਿਲ ਕੇ 2 ਜਨਵਰੀ ਤੋਂ ਐਸੇ ਸਾਲ
ਤੁਹਾਡਾ ਜੀ ਜਦੋਂ ਸਾਰੀ ਦੁਨੀਆਂ ਦੇ ਵਿੱਚ ਕੋਰੋਨਾ ਦੇ ਕਹਿਣ ਦਾ ਰੌਲਾ ਪਿਆ ਹੋਇਆ ਸੀ, ਚੀਨ ਦੇ ਵਿੱਚੋਂ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਸੀ ਤੇ ਸਾਰੀ ਦੁਨੀਆਂ ਦੇ ਵਿੱਚ ਇੱਕ ਸਹਿਮ ਫੈਲਿਆ ਹੋਇਆ ਸੀ, ਉਸ ਵੇਲੇ 2 ਜਨਵਰੀ ਤੋਂ ਲੈ ਕੇ ਇਹ ਜਿਹੜੀ ਬੀਬੀ ਇਬਰੂ ਆ ਇਹ 300 ਹੋਰ ਜਿਹੜੇ ਜੇਲ੍ਹਾਂ ਚ ਬੰਦ ਕੈਦੀ ਕਵੀ ਗਾਇਕ ਅਧਿਆਪਕ ਵਿਦਿਆਰਥੀ ਤੇ ਹੋਰ ਲੋਕ ਸੀ ਜਿਹੜੇ ਇਨਸਾਫ ਨਹੀਂ ਲੈਣ ਵਾਲੇ ਬੁੱਧੀਜੀਵੀ ਜਿਹਨਾਂ ਦੇ ਵਿੱਚ ਸ਼ਾਮਿਲ ਨੇ, ਉਹਨਾਂ ਨੇ ਭੁੱਖ ਹੜਤਾਲ ਕੀਤੀ ਹੋਈ ਸੀ ਤੇ ਇਸ ਗੱਲ ਨੂੰ ਲੈ ਕੇ ਸਾਰੀ ਦੁਨੀਆਂ ਦੇ ਵਿੱਚ ਜਿਹੜੇ ਵਕੀਲਾਂ ਦੀਆਂ ਜਥੇਬੰਦੀਆਂ ਨੇ, ਖਾਸ ਤੌਰ ਤੇ ਯੂਰਪ ਦੇ ਲੋਕਾਂ ਦੀਆਂ ਜਥੇਬੰਦੀਆਂ, ਯੂਰਪ ਦੇ ਵਿੱਚ ਬਾਕੀ ਦੁਨੀਆਂ ਦੇ ਦੇਸ਼ਾਂ ਵਿੱਚ ਵੀ ਇਹਦੇ ਹੱਕ ਤੇ ਲੋਕਾਂ ਨੇ ਹਾਦਾ ਲਾਇਆ ਮਾਰਿਆ, ਇੱਥੋਂ ਤੱਕ ਵੀ ਜਿਹੜੀ ਭਾਰਤ ਦੇ ਵਿੱਚ ਵੀ ਜਿਹੜੀ ਲਾਇਨਸ ਆਰਗੇਨਾਈਜੇਸ਼ਨ ਹੈ ਡੈਮੋਕ੍ਰੈਟਿਕ ਲਾਇਨਸ ਐਸੋਸੀਏਸ਼ਨ, ਉਹਨਾਂ ਨੇ ਵੀ ਇਹਦੇ ਹੱਕ ਸਾਰਾ ਨਾਰਾ ਮਾਰਿਆ ਤੇ ਪਰ ਉੱਥੋਂ ਦੀ ਸਰਕਾਰ ਇਸ ਗੱਲ ਉੱਤੇ ਵਿਜਿਬ ਰਹੀ ਆ, ਉਹਨਾਂ ਨੇ ਇਹਨਾਂ ਨੂੰ ਰਿਹਾ ਨਹੀਂ ਕੀਤਾ ਤੇ ਆਖਿਰ ਮਨੁੱਖੀ ਅਧਿਕਾਰਾਂ ਦੀ ਲੜਾਈ ਲੜਦੀ ਇਹ ਬੀਬੀ ਜਿਹੜੀ ਆ ਇਹਨੇ ਆਪਣੀ ਜਾਨ ਦੇਤੀ ਆ ਦੁਆਰਾ ਜੀ। ਤੇ ਹੁਣ ਦੇਖਣ ਵਾਲੀ ਗੱਲ ਇਹ ਆ ਵੀ ਜਿਹੜੇ ਇਸ ਵੇਲੇ ਜੋ ਹਾਲਾਤ ਸਾਡੇ ਦੇਸ਼ ਚ ਬਣੇ ਹੋਏ ਨੇ ਜੋ ਤੁਰਕੀ ਚ ਬਣੇ ਨੇ, ਅੰਤਰ ਕੋਈ ਬਹੁਤਾ ਨਹੀਂ, ਦੋਨਾਂ ਥਾਵਾਂ ਦੇ ਉੱਤੇ ਜਿਹੜੀਆਂ ਹੁਕਮਰਾਨਾਂ ਨੇ ਜੋ ਕੁਛ ਰਾਹ ਤਿਆਰ ਕੀਤਾ ਹੋਇਆ ਉਹ ਜਿਹੜੀਆਂ ਪੁਰਾਣੀਆਂ ਸਾਡੇ ਜਿਹੜੇ ਡੈਮੋਕ੍ਰੈਟਿਕ ਜਾਂ ਜਮਹੂਰੀਅਤ ਦੇ ਜਿਹੜੇ ਰਾਹ ਸੀ ਜਿਹਦੀ ਖਾਤਰ ਸਾਡੇ ਜਿਹੜੇ ਬਜ਼ੁਰਗਾਂ ਨੇ ਸਾਡੇ ਵੱਡਿਆਂ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗਿਆਂ ਨੇ ਕਰਤਾਰ ਸਰਾਭੇ ਵਰਗਿਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਤਾਂ ਕਿ ਲੋਕ ਆਜ਼ਾਦੀ ਨਾਲ ਜਿਉਂ ਸਕਣ, ਉਹਨਾਂ ਨੂੰ ਅੱਜ ਪੈਰਾਂ ਥੱਲੇ ਬਦੋਲਣ ਲਈ ਜਿਹੜੀਆਂ ਦੁਨੀਆਂ ਭਰ ਦੀਆਂ ਜਿਹੜੀਆਂ ਐਸੀਆਂ ਫਾਸ਼ੀਵਾਦੀ ਜਥੇਬੰਦੀਆਂ ਸਰਕਾਰਾਂ ਨੇ ਇਸ ਰਾਹ ਤੁਰੀਆਂ ਹੋਈਆਂ ਨੇ ਤੇ ਮੈਂ ਸਮਝਦਾ ਵੀ ਰੇਡੀਓ ਚੰਦ ਪ੍ਰਦੇਸ਼ੀ ਤੋਂ ਸਾਨੂੰ ਵੀ ਉਸ ਬੀਬੀ ਜਿਹੜੀ ਉਹਨੂੰ ਅਸੀਂ ਅਲਵਿਦਾ ਜ਼ਰੂਰ ਕਹੀਏ ਇਬਰੂ ਨੂੰ, ਕਿਉਂਕਿ ਉਹਨੇ ਜਿਹੜੇ ਰਾਹਾਂ ਦੇ ਉੱਤੇ ਚੱਲ ਕੇ ਆਪਣੀ ਜਾਨ ਦਿੱਤੀ ਆ ਉਹ ਸੱਚੀ ਮੁੱਚੀ ਸਾਡੇ ਸਭਨਾਂ ਲਈ ਇੱਕ ਬਹੁਤ ਹੀ ਪਵਿੱਤਰ ਰਸਤਾ ਮੰਨਿਆ ਜਾਂਦਾ ਜੀ। ਬਿਲਕੁਲ ਬਿਲਕੁਲ ਹਾਂ ਜੀਤ ਕਦਮ ਵਾਲੇ ਨੇ ਇੱਕ ਨਵੀਂ ਜਿਹੜੀ ਸ਼ਾਇਰੀ ਦੇ ਵਿੱਚ ਕੁਛ ਗੱਲਾਂ ਲਿਖੀਆਂ ਨੇ ਜਿਹੜੀਆਂ ਕਿ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ। ਕਈ ਬੰਦੇ ਸਾਡੇ ਕੋਸ਼ਿਸ਼ ਕਰਦੇ ਨੇ ਕਾਲਾਂ ਕਰਨ ਦੀ, ਆਪਾਂ ਕਾਲਾਂ ਨਹੀਂ ਲੈ ਸਕਦੇ, ਸੌਰੀ ਫੀਲ ਕਰਦੇ ਉਹਨਾਂ ਵੱਲੋਂ। ਉਹਨਾਂ ਨੇ ਲਿਖਿਆ ਜੀ ਕਸੂਤੇ ਮੋੜ ਨੇ, ਕਸੂਤੇ ਮੋੜ ਨੇ ਬਚ ਕੇ ਚੱਲ ਯਾਰਾ, ਦੁਨੀਆਂ ਗਰਕਦੀ ਜਾਂਦੀ ਅੱਜ ਕੱਲ ਯਾਰਾ, ਕਿਸੇ ਕੋਲ ਟਾਈਮ ਨਹੀਂ ਸ਼ਿਕਵੇ ਪੜਨ ਦਾ, ਬੇਰੰਗ ਚਿੱਠੀਆਂ ਨਾ ਘੱਲ ਯਾਰਾ, ਸੁੱਤੇ ਪਏ ਭਗਵਾਨ ਦੀ ਅੱਖ ਖੋਲੇ ਉਹ ਮੰਦਰ ਫੜਦਾ ਖੜਕਾ ਕੇ, ਉਹ ਮੰਦਰ ਵੜਦਾ ਖੜਕਾ ਕੇ ਟੱਲ ਯਾਰਾ, ਦੁਨੀਆਂਦਾਰੀ ਏ ਆਪਣੀ ਖਿਆਲ ਰੱਖੀ ਹੋਰ ਕੋਈ ਨਹੀਂ ਤੇਰੇ ਵੱਲ ਯਾਰਾ। ਬਹੁਤ ਵਧੀਆ ਗੱਲ ਲਿਖੀ ਹੈ, ਥੈਂਕ ਯੂ। ਦੂਜੀ ਗੱਲ ਗਿੱਲ ਸਾਹਿਬ ਸਾਡੇ ਸੱਜਣਾ ਮਿੱਤਰਾਂ ਨੇ ਕੁਛ ਨੇ ਸਾਡੇ ਉਸ ਫੰਡ ਰੇਜਿੰਗ ਦੇ ਵਿਚ ਹਿੱਸਾ ਪਾਇਆ, ਮੈਂ ਪੜ੍ਹਨੇ ਚਾਹੂੰਗਾ ਉਹਨਾਂ ਦੇ ਵਿਚ। ਅੱਜ ਜਿਹੜੇ ਨਵੇਂ ਸਾਡੇ ਨਾਲ ਜੁੜੇ ਨੇ ਉਹਨੇ ਕੁਲਵੀਰ ਸਿੰਘ ਭਟਾਲ, ਦਲਜੀਤ ਸਿੰਘ ਜੌਲ, ਸਰਜੀਤ ਸਿੰਘ ਤੇ ਵਿਨੀਪੈਗ ਤੋਂ ਬਹੁਤ ਬਹੁਤ ਸ਼ੁਕਰੀਆ, ਤੇ ਨਾਲ ਦੀ ਨਾਲ ਬਲਤੇਜ ਪੰਨੂ ਜੀ ਜਿਹੜੇ ਕਿ ਸਵੀਡਨ ਰਹਿੰਦੇ ਨੇ, ਉਹਨਾਂ ਨੇ ਵੀ ਦੋ ਤੇਰੀਆਂ ਦੋ ਮੇਰੀਆਂ ਤੇ ਪੰਜਾਬੀ ਸੱਥ ਨੂੰ ਸੰਬੋਧਨ ਕਰਕੇ ਲਿਖਿਆ, ਨਾਲ ਆਪਣਾ ਫੰਡ ਜਿਹੜਾ ਭੇਜਿਆ, ਬਹੁਤ ਬਹੁਤ ਸ਼ੁਕਰੀਆ ਇਹਨਾਂ ਵੀਰਾਂ ਦਾ। ਤੇ ਮੈਂ ਉਹ ਕੱਲ ਵੀ ਕਿਹਾ ਸੀ ਸਿਰਫ ਤੇ ਸਿਰਫ ਹੁਣ 12 ਬੰਦੇ ਹੋਰ ਸਾਨੂੰ ਚਾਹੀਦੇ ਨੇ ਇਸ ਫੰਡ ਰੇਜਿੰਗ ਦੇ ਵਿਚ, ਤੇ ਉਸ ਤੋਂ ਮਗਰੋਂ ਅਸੀਂ ਬੰਦ ਕਰ ਦੇਵਾਂਗੇ। ਸੋ ਪਲੀਜ਼ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਇਹ ਸੱਜਣ ਵੀ ਸਾਡੇ ਨਾਲ ਜੁੜਨਗੇ। ਜੇ ਗੱਲ ਅੱਜ ਦੇ ਮੁੱਦੇ ਵੱਲ ਚੱਲੀਏ ਜੀ, ਜਿਹੜੇ ਸਵੀਡਨ ਵਾਲੇ ਨੇ ਇਹ ਬੇਸਿਕਲੀ ਲੁਧਿਆਣਾ ਨੂੰ ਬਿਲੋਂਗ ਕਰਦੇ ਨੇ। ਕੱਲ ਉਹਨਾਂ ਨੇ ਇੱਕ ਮੈਸੇਜ ਕੀਤਾ ਮੈਨੂੰ ਵੀ ਦੁਆਰਾ ਵੀ ਕਹਿੰਦੇ ਨੇ ਵੀ ਸਾਨੂੰ 18 ਬੰਦਿਆਂ ਦੀ ਹੋਰ ਲੋੜ ਆ, ਵੀ ਕਿਤੇ ਜਿਹੜੇ ਮੈਂ ਪੈਸੇ ਭੇਜੇ ਨੇ ਉਹ ਘੱਟ ਤਾਂ ਨਹੀਂ, ਜਿਹਦੇ ਕਰਕੇ ਤੁਸੀਂ ਮੇਰਾ ਨਾਂ ਹੀ ਨੀ ਬੋਲਿਆ। ਤੇ ਮੈਂ ਫਿਰ ਸੋਚਿਆ ਵੀ ਅਸੀਂ, ਮੈਂ ਕਿਹਾ ਵੀ ਹੁਣੇ ਇਹਦੀ, ਮੈਂ ਕਿਹਾ ਵੀ ਹੁਣੇ ਇਹਦੀ ਇਨਕੁਆਇਰੀ ਕਰਦੇ ਆ ਵੀ ਕਿਉਂ ਨੀ ਤੁਹਾਡਾ ਨਾਂ ਬੋਲਿਆ ਗਿਆ, ਕਿਉਂ ਰਹਿ ਗਿਆ ਮੈਸੇਜ ਪੈਣ ਤੋਂ। ਪਰ ਫਿਰ ਮੈਂ ਜਦੋਂ ਇਸ ਬਾਰੇ ਆਪਣੇ ਗੋਲਦੀ ਭਾਈ ਨਾਲ ਗੱਲ ਕੀਤੀ ਪਟਿਆਲੇ, ਉਹਨਾਂ ਨੂੰ ਮੈਂ ਮੈਸੇਜ ਕੀਤਾ ਤਾਂ ਉਹਨਾਂ ਨੂੰ ਕਿਹਾ ਵੀ ਅਸਲ ਚ ਉਹਨਾਂ ਨੇ ਫੇਸਬੁੱਕ ਦੇ ਉੱਥੇ ਜਾ ਕੇ ਜਿਹੜਾ ਆਪਾਂ ਰੇਡੀਓ ਚੰਦ ਪ੍ਰਦੇਸ਼ੀ ਦਾ ਵੈਬਸਾਈਟ ਦੇ ਉੱਤੇ ਬਟਨ ਦੱਬਿਆ ਡੋਨੇਸ਼ਨ ਵਾਲਾ, ਉੱਥੋਂ ਉਹਨਾਂ ਨੇ ਪੇਮੈਂਟ ਕੀਤੀ ਆ, ਪਰ ਉਹਨਾਂ ਦਾ ਨਾਂ ਜਿਹੜਾ ਉਹ ਸ਼ਾਰਟ ਨੇਮ ਆਇਆ ਫੇਸਬੁੱਕ ਵਾਲਾ,
ਉਹ ਕਹਿੰਦੇ ਵੀ ਕਈ ਵਾਰੀ ਐਂ ਪਤਾ ਨੀ ਲੱਗਦਾ ਹੁੰਦਾ ਵੀ ਉਹ ਬੰਦਾ ਕੌਣ ਹੈ ਤੇ ਇਸ ਕਰਕੇ ਤੁਹਾਨੂੰ ਦਿੱਕਤ ਆ ਗਈ ਤੇ ਉਹਨਾਂ ਦਾ ਨਾਂ ਪਤਾ ਕਰਕੇ ਦੱਸੋ। ਫਿਰ ਮੈਂ ਇਹਨਾਂ ਦੀ ਪੁਰਾਣਾ ਇੱਕ ਮੈਸੇਜ ਪੜਿਆ ਜਿਹਦੇ ਵਿੱਚ ਇਹਨਾਂ ਨੇ ਪੰਜਾਬੀ ਸੱਥ ਦੇ ਦੌਰਾਨ ਇੱਕ ਦਿਨ ਏਰੀਆ ਦੇ ਮੇਰੀਆਂ ਪ੍ਰੋਗਰਾਮ ਦੇ ਵਿੱਚ ਇਹਨਾਂ ਨੇ ਮੈਸੇਜ ਕੀਤਾ ਸੀ ਤੇ ਉਹਦੇ ਜਿਹਨਾਂ ਨੇ ਆਪਣਾ ਪੂਰਾ ਨਾਂ ਲਿਖ ਕੇ ਭੇਜਿਆ ਸੀ। ਫਿਰ ਮੈਂ ਉਹਨਾਂ ਨੂੰ ਮੈਸੇਜ ਕੀਤਾ ਤਾਂ ਉਹਨਾਂ ਨੇ ਉਸੇ ਵੇਲੇ ਇਹਨਾਂ ਨੂੰ ਐਡਰੈਸ ਦੇ ਵਿੱਚ ਅਪਡੇਟ ਕਰਤਾ। ਬਹੁਤ ਮਿਹਰਬਾਨੀ ਹੈ ਪੰਨੂ ਸਾਹਿਬ। ਤੇ ਉਹ ਕਹਿੰਦੇ ਸੀਗੇ ਵੀ ਜੇ ਭਾਈ ਫੰਡ ਘੱਟ ਹੈ ਸਿਰਫ 12 ਦੀ ਹੋਰ ਲੋੜ ਹੈ। ਪਰ ਇੱਕ ਗੱਲ ਜਰੂਰ ਮੈਂ ਕਹੂੰਗਾ, ਕਈ ਬੰਦੇ ਨਾ ਪਤਾ ਮੈਨੂੰ ਗੱਲਾਂ ਆਈਆਂ ਨੇ ਬਹੁਤ ਬਹੁਤ ਸੱਜਣਾ ਮਿੱਤਰਾਂ ਦੀਆਂ, ਉਹ ਕਹਿੰਦੇ ਏਦਾਂ ਕਰੋ ਜੀ ਮੈਂ ਚੈੱਕ ਭੇਜ ਰਿਹਾ, ਤੁਹਾਡਾ ਐਡਰੈਸ ਦੇ ਦਿਓ ਜਾਂ ਰੇਡੀਓ ਦਾ ਐਡਰੈਸ ਦੇ ਦਿਓ। ਮੈਂ ਕਿਹਾ ਜੀ ਬੈਟਰ ਹੈ, ਦੇਖੋ ਗੱਲ ਇੱਕ ਹੈ ਵੀ ਤੁਸੀਂ ਚੈੱਕ ਭੇਜੋਗੇ ਮੈਂ ਚੈੱਕ ਜਮ੍ਹਾਂ ਕਰਾ ਦੂੰਗਾ ਅਕਾਊਂਟ ਦੇ ਵਿੱਚ, ਤੁਹਾਡਾ ਨਾਂ ਉੱਧਰ ਜਾਣਾ ਨਹੀਂ ਕਿਉਂਕਿ ਪੰਗਾ ਪੈ ਜਾਂਦਾ। ਤੁਸੀਂ ਐਂ ਕਰੋ ਮੈਨੂੰ ਕ੍ਰੈਡਿਟ ਕਾਰਡ ਨੰਬਰ ਦੇ ਦਿਓ, ਮੈਂ ਕ੍ਰੈਡਿਟ ਕਾਰਡ ਤੁਹਾਡਾ ਨਾਲ ਹੀ ਜਿੰਨੇ ਤੁਸੀਂ ਜੋ ਵੀ ਤੁਸੀਂ ਕਹਿੰਦੇ ਹੋ ਉਹ ਮੈਂ ਚਾਰਜ ਕਰ ਲੈਣਾ ਤੇ ਨਾਲ ਦੀ ਨਾਲ ਤੁਹਾਨੂੰ ਪਤਾ ਲੱਗ ਜੂ ਤੇ ਸਾਡੀ ਲਿਸਟ ਦੇ ਵਿੱਚ ਤੁਹਾਡਾ ਨਾਂ ਚਲਾ ਜਾਊਗਾ। ਜਦੋਂ ਕ੍ਰੈਡਿਟ ਕਾਰਡ ਤੇ ਅਸੀਂ ਚਾਰਜ ਕਰਦੇ ਹਾਂ ਉਹ ਲਿਸਟ ਚ ਨਾਂ ਚਲਾ ਜਾਂਦਾ, ਆਟੋਮੈਟਿਕਲੀ ਸਾਡੇ ਸਾਹਮਣੇ ਆ ਜਾਂਦਾ ਸਾਰਾ ਕੁਛ ਨਾਲ ਦੀ ਨਾਲ ਹੀ। ਤੇ ਉਸ ਕਰਕੇ ਮੈਂ ਉਹਨਾਂ ਸੱਜਣਾ ਮਿੱਤਰਾਂ ਨੇ ਵੀ ਮੇਰੀ ਗੱਲ ਸੁਣ ਕੇ ਉਹ ਕ੍ਰੈਡਿਟ ਕਾਰਡ ਆਪਣੇ ਦੇ ਦਿੱਤੇ ਸੀ ਤੇ ਅਸੀਂ ਫਿਰ ਉਹਨਾਂ ਦੇ ਨਾਂ ਵੀ ਜਿਹੜੇ ਹੈ ਉਹ ਲਿਸਟ ਦੇ ਵਿੱਚ ਵੀ ਬਣ ਗਈ ਆ ਲਿਸਟ ਦੇ ਵਿੱਚ ਤੇ ਉਹ ਨਾਂ ਆਟੋਮੈਟਿਕਲੀ ਹੋ ਗਏ ਸੀ। ਸੋ 12 ਕੁ ਬੰਦੇ ਹੋਰ ਚਾਹੀਦੇ ਨੇ, ਇਸ ਵੀਕ ਦੇ ਵਿੱਚ ਪੂਰੇ ਹੋ ਜਾਣਗੇ ਜੀ। ਬਹੁਤ ਬਹੁਤ ਸ਼ੁਕਰੀਆ ਗਿੱਲ ਸਾਹਿਬ ਜੀ। ਹੁਣ ਅੱਜ ਦੇ ਆਪਾਂ ਇੱਕ ਮੇਨ ਮੁੱਦੇ ਵੱਲ ਚੱਲੀਏ, ਬੜਾ ਕੁਛ ਹੈ ਜੀ ਅੱਜ ਆਪਣੇ ਕੋਲ। ਕੱਲ ਆਪਾਂ ਨੇ ਇੱਕ ਗੱਲ ਕੀਤੀ ਸੀ, ਕੱਲ ਵੈਸੇ 2-3 ਦਿਨਾਂ ਤੋਂ ਚੱਲ ਰਹੀ ਸੀ ਕਿ ਕਾਂਗਰਸ ਦੇ ਸਮੇਂ ਦੇ ਵਿੱਚ ਘਪਲੇ ਘੁਟਾਲੇ ਹੇਰਾ ਫੇਰੀਆਂ ਚੰਗੇ ਚੰਗੇ ਬੰਦਿਆਂ ਦੇ ਜਿਹੜੇ ਫੇਸ ਜਿਹੜੇ ਆ ਉਹ ਧੁੰਦਲੇ ਧੁੰਦਲੇ ਨਜ਼ਰ ਆਉਣ ਲੱਗੇ ਨੇ। ਤੇ ਇਹ ਜਿਹੜੀ ਕਾਂਗਰਸ ਸਰਕਾਰ ਹੈ ਇਹ ਘਪਲਿਆਂ ਦੀ ਘੁਟਾਲਿਆਂ ਦੀ ਹੋਰ ਬੜੇ ਕਾਸੇ ਦੀ ਬਣ ਗਈ ਹੈ। ਅਕਾਲੀ ਸਰਕਾਰ ਵੀ ਹੁੰਦੀ ਸੀ ਉਹ ਘੁਟਾਲਿਆਂ ਦੀ ਸਰਕਾਰ ਜਾਂ ਘਪਲਿਆਂ ਦੀ ਕਈ ਹੋਰ ਤਰ੍ਹਾਂ ਦੀ ਸੀ। ਤੇ ਕੱਲ ਤਾਂ ਤੁਸੀਂ ਕਮਾਲ ਏ ਕਰ ਦਿੱਤੀ ਸੀ, ਇੱਕ ਟਿੰਡਾ ਘੁਟਾਲਾ ਨਰਮੇ ਵਾਲਾ ਉਹਨੂੰ ਤਾਂ ਬੰਦੇ ਦਾ ਉਹ ਬੰਦਾ ਘੁਟਾਲਾ ਕਰਕੇ ਵੀ ਆਰਾਮ ਨਾਲ ਸੋ ਨਹੀਂ ਸਕਦਾ ਕਿਉਂਕਿ ਜ਼ਿੰਦਗੀ ਚੰਗੀ ਜੀ ਨਹੀਂ ਸਕਦਾ। ਟਿੰਡਾ ਚੀਜ਼ ਇਹ ਜੀ ਹੈ ਕਿਉਂਕਿ ਬਾਂਦਰ ਨੇ ਡੰਡਾ ਠੋਰ ਨਾਲ ਪੰਗਾ ਲੈ ਲਿਆ ਸੀ, ਸਾਰੀ ਜ਼ਿੰਦਗੀ ਯਾਦ ਰੱਖਿਆ ਸੀ। ਹੁਣ ਟਿੰਡੇ ਨਾਲ ਜਿਹੜਾ ਪੰਗਾ ਲਾਊਗਾ ਤੁਹਾਨੂੰ ਪਤਾ ਹੀ ਆ। ਜੇ ਗੱਲ ਆਪਾਂ ਕਰੀਏ ਆ ਨਵੀਂ ਗੱਲ ਇੱਕ ਚੱਲੀ ਹੈ, ਸਾਧੂ ਸਿੰਘ ਧਰਮਸੋਤ ਦੇ ਉੱਤੇ ਜਿਹੀਆਂ ਜਾਂ ਉਂਗਲੀਆਂ ਉੱਠੀਆਂ ਅੱਜ ਅਖਬਾਰਾਂ ਦੇ ਸੁਰਖੀਆਂ ਬਣੀਆਂ ਨਹੀਂ ਹੈਗੀਆਂ ਇਕੱਲੀਆਂ, ਸਗੋਂ ਸੰਪਾਦਕੀ ਨੋਟ ਬਣ ਗਏ। ਇੱਕ ਜਿਹੜੀ ਹੋਰ ਗੱਲ ਸੰਪਾਦਕੀ ਨੋਟ ਬਣ ਜਾਊਗੀ ਕੱਲ ਨੂੰ ਉਹ ਵੀ ਇਹਦੇ ਨਾਲ ਜੁੜੀ ਹੋ, ਕੈਪਟਨ ਅਮਰਿੰਦਰ ਸਿੰਘ ਖੁਦ ਇੱਕ ਅਜਿਹੇ ਘੁਟਾਲੇ ਦੇ ਵਿੱਚ ਪਹਿਲਾਂ ਤੋਂ ਉਹਨਾਂ ਤੇ ਜਿਹੜਾ ਚੱਲਦਾ ਆ ਰਿਹਾ ਸੀ ਜਿਨ੍ਹਾਂ ਦੇ ਕਰਕੇ ਇਹਨਾਂ ਦਾ ਤੇ ਇਹਨਾਂ ਦੇ ਪੁੱਤਰ ਦਾ ਨਾਂ ਸੀ ਵਿੱਚ, ਉਹ ਵੀ ਹੁਣ ਈਡੀ ਨੇ ਸੁਰਖੀਆਂ ਦੇ ਵਿੱਚ ਲੈ ਲਿਆ। ਇਹ ਨਵੀਂ ਗੱਲ ਅਸੀਂ ਅੱਜ ਗੱਲ ਕਰਾਂਗੇ ਆਉਣ ਇਹ ਚੱਲਦੇ ਪ੍ਰੋਗਰਾਮ ਦੇ ਵਿੱਚ। ਪਰ ਉਹ ਤੋਂ ਪਹਿਲਾਂ ਬਿਜਲੀ ਸਮਝੌਤਾ ਜਿਹੜਾ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਬਣਨ ਤੋਂ ਪਹਿਲਾਂ ਕਹਿੰਦਾ ਸੀ ਵੀ ਇੰਨੀ ਸਸਤੀ ਅਸੀਂ ਬਿਜਲੀ ਦੇ ਦੇਵਾਂਗੇ, ਸਾਰਾ ਕੁਛ ਪੰਜਾਬ ਦੇ ਵਿੱਚ ਹੈ, ਸਾਡੇ ਜਿਹੜੇ ਨੇ ਮਨਪ੍ਰੀਤ ਸਿੰਘ ਬਾਦਲ ਜੀ ਉਹ ਵੀ ਇਹ ਕਹਿੰਦੇ ਸੀ ਜਿਹੜੇ ਬਠਿੰਡੇ ਦੇ ਥਰਮਲ ਪਲਾਂਟ ਦੇ ਵਿੱਚੋਂ ਧੂੰਆਂ ਉੱਠਣਾ ਚਾਹੀਦਾ, ਧੂੰਆਂ ਉੱਠਿਆ ਜਾਂ ਨਹੀਂ ਉੱਠਿਆ ਉਹ ਤਾਂ ਸਾਨੂੰ ਪਤਾ ਨਹੀਂ, ਪਰ ਕਿਹਾ ਜਾ ਕਾਲਾ ਹੈ ਜਾਂ ਸ਼ੁੱਧ ਧੂੰਆਂ ਕਿੱਦਾਂ ਦਾ ਧੂੰਆਂ ਉਹ ਬਠਿੰਡੇ ਵਾਲੇ ਜਾਣਦੇ ਹੋਣਗੇ, ਮੇਰਾ ਖਿਆਲ ਉੱਠਿਆ ਉੱਠਿਆ ਤਾਂ ਨਹੀਂ ਹੈ। ਪਰ ਹੁਣ ਜੇ ਦੇਖਿਆ ਜਾਵੇ ਬਿਜਲੀ ਸਮਝੌਤੇ ਦੀ ਆਪਾਂ ਗੱਲ ਕਰੀਏ, ਪੰਜਾਬ ਨੂੰ 8,000 ਕਰੋੜ ਦਾ ਨਵਾਂ ਝਟਕਾ ਲੱਗ ਗਿਆ। ਕੀ ਹੈ ਨਵਾਂ ਝਟਕਾ ਕਾਂਗਰਸ ਸਰਕਾਰ ਦੇ ਕਰਕੇ ਜੀ? ਤੁਹਾਡਾ ਜੀ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਹੋਂਦ ਚ ਨਹੀਂ ਆਈ ਸੀ, ਲਗਾਤਾਰ 10 ਸਾਲ ਬੀਜੇਪੀ ਅਕਾਲੀ ਦਲ ਦੀ ਗਠਜੋੜ ਸਰਕਾਰ ਸੱਤਾ ਚ ਰਹੀ ਤਾਂ ਉਸ ਸਮੇਂ ਦੌਰਾਨ ਵਾਧੂ ਬਿਜਲੀ ਕਰਨ ਦੇ ਦਾਅਵੇ ਕਰਦਿਆਂ ਵੱਡੇ ਬਾਦਲ ਸਾਹਿਬ ਨੇ ਤੇ ਸੁਖਬੀਰ ਬਾਦਲ ਨੇ ਜਿਹੜੇ ਸਮਝੌਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਉਹਦੇ ਕਰਕੇ ਸਾਡੀ ਉੱਤਰ ਪ੍ਰਦੇਸ਼ ਨਾਲ ਸ਼ਰਤ ਲੱਗੀ ਹੋਈ ਹੈ ਬਈ ਉੱਤਰੀ ਭਾਰਤ ਦੇ ਵਿੱਚ ਰੇਟ ਸਾਡਾ ਵੱਧ ਹੋਊਗਾ ਉਹਨਾਂ ਦਾ ਵੱਧ ਹੋਊਗਾ ਤੇ ਇਸ ਵੇਲੇ ਉੱਤਰੀ ਭਾਰਤ ਦੇ ਵਿੱਚ ਸਭ ਤੋਂ ਮਹਿੰਗੀ ਬਿਜਲੀ ਜਿਹੜੀ ਆ ਉਹ ਪੰਜਾਬ ਚ ਮਿਲਦੀ ਆ ਤੇ ਕਦੇ ਕਦੇ ਯੂਪੀ ਵਾਲਾ ਜੋ ਵੀ ਲੱਗਦਾ ਦੁੱਖੀ ਟਿੱਕੀ ਅੱਗੇ
ਪਰ ਅਸੀਂ ਉਹਦੀ ਰੁੱਖੀ ਪਿੱਕੀ ਨੂੰ ਕੁਛ ਨੀ ਜਾਣਦੇ, ਅਸੀਂ ਥੋੜੇ ਦਿਨਾਂ ਅਸੀਂ ਪੂਰੇ ਕਰ ਦਿੰਦੇ ਹਾਂ। ਤੇ ਹੁਣ ਇਹਦਾ ਇੱਕ ਤੁਹਾਡਾ ਜੀ ਜਿਹੜਾ ਸਮਝੌਤਾ ਇਹ ਹੋਇਆ ਸੀ, ਇਹਦੇ ਚ ਕਾਫੀ ਲੰਬਾ ਚੌੜਾ ਸਮਝੌਤਾ, ਇਹਦੇ ਚ ਇੱਕ ਮੱਦ ਇਹ ਲਿਖ ਦਿੱਤੀ ਗਈ ਵੀ ਜੇ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਕਾਨੂੰਨ ਚ ਫੋਟ ਹੋਊਗੀ ਜਾਂ ਕਾਨੂੰਨ ਦੇ ਮੁਤਾਬਕ ਕੋਈ ਤਬਦੀਲੀ ਕਰਨੀ ਪੈਂਦੀ ਆ ਤਾਂ ਉਹਦਾ ਜਿਹੜਾ ਖਰਚਾ ਹੈ ਉਹ ਪੰਜਾਬ ਸਰਕਾਰ ਝੱਲੂਗੀ, ਪ੍ਰਧਾਨ ਹੋਊਗੀ। ਹੁਣ ਇਹ ਦੇਖੋ ਤੁਸੀਂ ਕੈਸਾ ਸਮਝੌਤਾ, ਜੇ ਕੋਈ ਕਾਨੂੰਨ ਚ ਤਬਦੀਲੀ ਹੁੰਦੀ ਆ ਜਾਂ ਕੋਈ ਉਹਦੇ ਨਾਲ ਬਿਜਲੀ ਕੰਪਨੀ ਜਿਹਨੇ ਮੁਨਾਫਾ ਕਮਾਉਣਾ ਉਹਨੇ ਨੀ ਪੈਸਾ ਖਰਚਣਾ, ਪੈਸਾ ਫਿਰ ਪੰਜਾਬ ਸਰਕਾਰ ਖਰਚੂਗੀ। ਤਾਂ ਇਸ ਤਰ੍ਹਾਂ ਦਾ ਇੱਕ ਜਿਹੜਾ ਸਮਝੌਤਾ ਉਹਦੇ ਤਹਿਤ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਜਿਹੜਾ ਰੌਲਾ ਪਿਆ ਪ੍ਰਦੂਸ਼ਣ ਦੇ ਖਿਲਾਫ਼ ਦੁਆਰਾ ਜੀ, ਉਹਦੇ ਚ ਜਿਹੜੀਆਂ ਅੰਤਰਰਾਸ਼ਟਰੀ ਕੰਪਨੀਆਂ ਨੇ ਉਹਨਾਂ ਨੇ ਕਿਹਾ ਵੀ ਜਿਹੜੀ ਫਲੂ ਗੈਸ ਆਪਣੇ ਡੀਸਲਵਲਾਈਜੇਸ਼ਨ ਹੈਗਾ ਨਾ ਉਪਕਰਨ ਇੱਕ ਸਮਾਨ ਹੈ ਜਿਹੜਾ ਸਲਫਰ ਦੀ ਮਾਤਰਾ ਘਟਾਉਣ ਵਾਸਤੇ ਇੱਕ ਯੰਤਰ ਲੱਗਦਾ ਥਰਮਲ ਪਲਾਂਟਾਂ ਦੇ ਵਿੱਚ, ਕਹਿੰਦੇ ਵੀ ਉਹਦੀ ਮਾਤਰਾ ਘਟਾਉਣ ਲਈ ਇਹ ਜਿਹੜੇ ਯੰਤਰ ਲਾਉਣੇ ਹਨ ਇਹਦਾ ਖਰਚਾ ਪੰਜਾਬ ਸਰਕਾਰ ਚੁੱਕੂਗੀ। ਤਾਂ ਇਹਦੇ ਖਿਲਾਫ਼ ਹਾਂਜੀ ਇਹਦੇ ਖਿਲਾਫ਼ ਪੰਜਾਬ ਸਰਕਾਰ ਜਿਹੜੀ ਹੈ ਉਹਨੇ ਜਿਹੜੀ ਪੰਜਾਬ ਦੀ ਰੈਗੂਲੇਟਰੀ ਅਥਾਰਟੀ ਹੈ ਉਹਦੇ ਕੋਲ ਕੇਸ ਪਾਤਾ, ਰੈਗੂਲੇਟਰੀ ਅਥਾਰਟੀ ਦੇ ਵਿੱਚ ਜਿਹੜੀਆਂ ਪ੍ਰਾਈਵੇਟ ਕੰਪਨੀਆਂ ਸੀ ਉਹ ਕੇਸ ਹਾਰ ਗਈਆਂ। ਤਾਂ ਇਹ ਪਿਛਲੇ ਸਾਲ ਜਿਹੜਾ 21 ਦਸੰਬਰ 2018 ਤੇ 9 ਜਨਵਰੀ 2019 ਨੂੰ ਪੰਜਾਬ ਰੈਗੂਲੇਟਰੀ ਕਮਿਸ਼ਨ ਜਿਹੜਾ ਉਹਦੇ ਚ ਦੋਵੇਂ ਪ੍ਰਾਈਵੇਟ ਕੰਪਨੀਆਂ ਜਿਹੜੀਆਂ ਉਹ ਕੇਸ ਹਾਰ ਗਈਆਂ ਸੀ। ਤੇ ਜਿੰਨੀ ਕੰਪਨੀਆਂ ਨੇ ਬਾਅਦ ਦੇ ਵਿੱਚ ਜਿਹੜਾ ਕੇਂਦਰੀ ਬਿਜਲੀ ਐਕਟੀਵੇਟ ਅਥਾਰਟੀ ਆ ਉਹਦੇ ਕੋਲ ਅਪੀਲ ਦਾਇਰ ਕਰਤੀ। ਹੁਣ ਜਿਹੜੀ ਉਹ ਅਪੀਲ ਦਾਇਰ ਕੀਤੀ ਉਹਦੇ ਚ ਉਸੇ ਮੱਦ ਦੇ ਆਧਾਰ ਤੇ ਵੀ ਇਹਨਾਂ ਦੇ ਸਮਝੌਤੇ ਚ ਲਿਖਿਆ ਸੀ ਵੀ ਜੇ ਕੋਈ ਕੱਲ ਨੂੰ ਕਿਸੇ ਕਾਨੂੰਨ ਚ ਤਬਦੀਲੀ ਹੁੰਦੀ ਆ ਤੇ ਇਹਦਾ ਜੇ ਖਰਚਾ ਪਊਗਾ ਤਾਂ ਉਹ ਕੰਪਨੀ ਨਹੀਂ ਦਊਗੀ ਸਰਕਾਰ ਦਊਗੀ। ਇਸ ਆੜ ਚ ਉਹ ਜਿਹੜਾ ਫੈਸਲਾ ਉਹ ਪੰਜਾਬ ਸਰਕਾਰ ਦੇ ਉਲਟ ਹੋ ਗਿਆ ਤੁਹਾਡਾ ਜੀ। ਉਸ ਫੈਸਲੇ ਅਨੁਸਾਰ 7731 ਯਾਨੀ 7731 ਕਰੋੜ ਰੁਪਇਆ 31,000 ਕਰੋੜ ਯਾਨੀ 8,000 ਕਰੋੜ ਦੇ ਕਰੀਬ ਰੁਪਇਆ ਜਿਹੜਾ ਵਿਆਜ ਪਾ ਕੇ ਤਕਰੀਬਨ 10,000 ਕਰੋੜ ਬਣ ਜਾਣਾ, ਇਹ ਪੈਸਾ ਪੰਜਾਬ ਸਰਕਾਰ ਨੂੰ ਦੇਣਾ ਪੈਣਾ। ਹੁਣ ਜੇ ਕਿਤੇ ਇਹ ਸਮਝੌਤਾ ਜਿਵੇਂ ਸਰਕਾਰ ਪਹਿਲਾਂ ਇਹ ਕੈਪਟਨ ਸਾਹਿਬ ਦੀ ਆਪਣੇ ਮੈਨੀਫੈਸਟੋ ਦੇ ਵਿੱਚ ਵੀ ਲਿਖਿਆ, ਸੁਨੀਲ ਜਾਖੜ ਜਿਹੜੇ ਪ੍ਰਧਾਨ ਨੇ ਉਹ ਥਾਂ ਥਾਂ ਤੇ ਬੋਲਦੇ ਰਹੇ ਨੇ, ਇੱਥੋਂ ਤੱਕ ਇਹ ਰਾਹੁਲ ਗਾਂਧੀ ਜਦੋਂ ਪੰਜਾਬ ਚ ਚੋਣ ਪ੍ਰਚਾਰ ਲਈ ਆਏ ਉਹਨਾਂ ਨੇ ਵੀ ਇਹ ਗੱਲ ਕਹੀ। ਪ੍ਰਤਾਪ ਸਿੰਘ ਬਾਜਵਾ ਜਿਹੜੇ ਨੇ ਉਹ ਵੀ ਵਾਰ ਵਾਰ ਕਹਿੰਦੇ ਰਹੇ, ਕੈਪਟਨ ਅਮਰਿੰਦਰ ਸਿੰਘ ਖੁਦ ਵਾਰ ਵਾਰ ਕਹਿੰਦੇ ਰਹੇ, ਔਰ ਮਨਪ੍ਰੀਤ ਬਾਦਲ ਜਿਹੜੇ ਵਿੱਤ ਮੰਤਰੀ ਨੇ ਸਾਡੇ ਇਸ ਵੇਲੇ ਇਹ ਵਾਰ ਵਾਰ ਕਹਿੰਦੇ ਰਹੇ ਵੀ ਜਿਹੜਾ ਸੁਖਬੀਰ ਬਾਦਲ ਨੇ ਪ੍ਰਾਈਵੇਟ ਕੰਪਨੀਆਂ ਨਾਲ ਮਹਿੰਗੇ ਭਾਅ ਦੇ ਲੰਬੀ ਟਰਮ ਦੇ ਸਮਝੌਤੇ ਕੀਤੇ ਨੇ 20-20 ਸਾਲ ਦੇ, ਉਹ ਅਸੀਂ ਤੋੜਾਂਗੇ ਕਿਉਂਕਿ ਉਹ ਪੰਜਾਬ ਦੇ ਲੋਕਾਂ ਦੇ ਹਿੱਤਾਂ ਦੇ ਉਲਟ ਹੈ, ਜਿਹਦੇ ਕਰਕੇ ਪੰਜਾਬ ਨੂੰ ਸਭ ਤੋਂ ਵੱਧ ਮਹਿੰਗੀ ਬਿਜਲੀ ਜਿਹੜੀ ਆ ਉਹ ਖਰੀਦਣੀ ਪੈ ਰਹੀ ਆ ਤੇ ਜਿਹਦੇ ਨਾਲ ਲੋਕਾਂ ਦੇ ਉੱਤੇ ਬੋਝ ਪਿਆ ਵਾ। ਇਸ ਗੱਲ ਦਾ ਨਾਰਾ ਦੇ ਕੇ ਸਰਕਾਰ ਆਈ, ਪਰ ਅੱਜ ਦੇਖੋ ਸਰਕਾਰ ਦੇ ਦਿਨ ਰਹਿ ਥੋੜੇ ਪਰ ਉਸ ਸਮਝੌਤੇ ਹਾਲੇ ਵੀ ਤੋੜ ਨਹੀਂ ਸਕੀ ਸਰਕਾਰ। ਤੇ ਉਦੋਂ ਦਾ ਹੀ ਨਤੀਜਾ ਵੀ ਆਹ ਜਿਹੜਾ ਨਵਾਂ ਖੋਜ ਆ ਇਹ ਵੀ ਹੁਣ ਸਰਕਾਰ ਦੇ ਉੱਤੇ ਪੈ ਗਿਆ, ਸਿਰਫ ਇੰਨਾ ਹੀ ਹਟਵਾਇਆ ਵੀ ਇਹਦੇ ਲਈ ਕੇਂਦਰ ਦਾ ਵੀ ਇੱਕ ਰੋਲ ਹੈ। ਜਿਹੜੀ ਜਿਹੜਾ ਇਹ ਪਰਜਾ ਲੱਗਣਾ ਨਾ ਇਹ ਵਿਦੇਸ਼ੀ ਕੰਪਨੀਆਂ ਬਣਾਉਂਦੀਆਂ ਨੇ ਤੇ ਉਹ ਵਿਦੇਸ਼ੀ ਕੰਪਨੀਆਂ ਤੋਂ ਖਰੀਦਣ ਲਈ ਕੇਂਦਰ ਦੀ ਸਰਕਾਰ ਉੱਤੇ ਪ੍ਰੈਸ਼ਰ ਆ ਤੇ ਉਹ ਪ੍ਰੈਸ਼ਰ ਫਿਰ ਉਹ ਕਹਾਂ ਸੂਬਿਆਂ ਦੀਆਂ ਸਰਕਾਰਾਂ ਤੇ ਜਾਂ ਟ੍ਰਿਬਿਊਨਲ ਰਾਹੀਂ ਇਹ ਕੰਪਨੀਆਂ ਦੇ ਉੱਤੇ ਪਾਇਆ ਜਾ ਰਿਹਾ ਤਾਂ ਕਿ ਵਿਦੇਸ਼ੀ ਕੰਪਨੀਆਂ ਦਾ ਇੱਕ ਪਾਸੇ ਤਾਂ ਮੋਦੀ ਜੀ ਕਹਿੰਦੇ ਨੇ ਨਾ ਵੀ ਲੋਕਲ ਲਈ ਵੋਕਲ ਹੋ ਜਾਓ, ਉਹ ਕਹਿੰਦੇ ਕਢਾਉਣਾ ਹੀ ਨੀ ਦੇਸੀ ਬਣਾਇਆ ਕਰਾਂਗੇ ਅਸੀਂ, ਪਰ ਦੂਜੇ ਪਾਸੇ ਆ ਵਿਦੇਸ਼ੀ ਕੰਪਨੀਆਂ ਤੋਂ ਪੁਰਜੇ ਖਰੀਦਣ ਲਈ ਆ ਇੰਨੇ ਮਹਿੰਗੇ ਮਹਿੰਗੇ ਸਮਝੌਤੇ ਜਿਹੜੇ ਨੇ ਉਹ ਸਾਡੇ ਕਰ ਪੈ ਗਏ ਨੇ। ਤੇ ਇਹਦਾ ਭਾਵ ਇਹ ਆ ਵੀ ਜਿਹੜੀ ਬਿਜਲੀ ਪਹਿਲਾਂ ਹੀ ਪੰਜਾਬ ਸੋਨੇ ਦੇ ਭਾਅ ਖਰੀਦ ਰਿਹਾ ਨਾ ਇਹ ਹੁਣ ਹੋਰ ਮਹਿੰਗੀ ਪੈਣੀ ਹੈ ਦੁਬਾਰਾ ਜੀ। ਜੀ ਤੇ ਉਹ ਪਰ ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਜਿਹੜੀ ਤੁਸੀਂ ਗੱਲ ਕਰਕੇ ਹਟੇ ਹੋ ਧਰਮ ਸੋਧ ਦੀ ਨੀ ਪਰ ਗੱਲ ਹੋਰ ਹੈ ਘਪੜਿਆਂ ਦੀ ਸਰਕਾਰ। ਜੀ ਹਾਂਜੀ ਮੈਂ ਤਾਂ ਇਹ ਕਹਿਣਾ ਚਾਹੁੰਦਾ ਤੁਹਾਨੂੰ ਜਦੋਂ ਅਕਾਲੀ ਸਰਕਾਰ ਦੇ ਵੇਲੇ
ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ। ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਇਹ ਕਹਿੰਦੇ ਹੁੰਦੇ ਸੀ, ਠੀਕ ਆ ਅਸੀਂ ਬਿਜਲੀ ਮਹਿੰਗੀ ਦਿੰਦੇ ਹਾਂ ਪਰ ਅਸੀਂ ਪੈਸੇ ਕਮਾ ਲੈਣੇ ਨੇ ਇਹਦੇ ਨਾਲ, ਫਿਰ ਅਸੀਂ ਇਹਨਾਂ ਇਹਦਾ ਜਿਹੜਾ ਫਾਇਦਾ ਹੈ ਕਿਸਾਨਾਂ ਨੂੰ ਹੋਰ ਆਉਂਦਾ ਵਾ। ਕਹਿੰਦੇ ਵਾਧੂ ਬਿਜਲੀ ਆ ਸਾਡੇ ਕੋਲ, ਇਹ ਵਾਧੂ ਜਿਹੜੀ ਅਸੀਂ ਪਾਕਿਸਤਾਨ ਨੂੰ ਵੇਚ ਦਿਆ ਕਰਾਂਗੇ। ਕਿ ਉਹਨਾਂ ਨੇ ਵੇਚੀ ਵੂਚੀ ਜਾਂ ਨਹੀਂ? ਜੇ ਉਹਨਾਂ ਨੇ ਵੇਚੀ ਫਿਰ ਇਹ ਕਿਉਂ ਨਹੀਂ ਵੇਚ ਸਕੇ? ਜੀ ਪਾਕਿਸਤਾਨ ਦੀ ਤਾਂ ਤੁਸੀਂ ਦੂਰ ਛੱਡੋ ਗੱਲ, ਤੁਹਾਨੂੰ ਪਤਾ ਵੀ ਇਸ ਵੇਲੇ ਜਿਹੜੀ ਨੈਸ਼ਨਲ ਪੱਧਰ ਦੇ ਉੱਤੇ ਜਿਹੜਾ ਸਾਡਾ ਨੈਸ਼ਨਲ ਥਰਮਲ ਗ੍ਰਿਡ ਹੈ ਭਾਰਤ ਦਾ, ਉਹ ਗ੍ਰਿਡ ਦੇ ਅਨੁਸਾਰ ਜਿਹੜੀਆਂ ਦੱਖਣ ਦੇ ਵਿੱਚ ਲੱਗੀਆਂ ਹੋਈਆਂ ਵੱਡੀਆਂ ਕੰਪਨੀ, ਕਿਉਂਕਿ ਅੱਜ ਕੱਲ੍ਹ ਤੁਹਾਡਾ ਜੀ ਹੁਣ ਅੱਗੇ ਵਾਲੀ ਗੱਲ ਨਹੀਂ ਹੈ ਵੀ ਜੇ ਤੁਸੀਂ ਯੂਪੀ ਤੋਂ ਬਿਜਲੀ ਖਰੀਦਣੀ ਆ ਤਾਂ ਤੁਸੀਂ ਉੱਥੇ ਨੂੰ ਕੋਈ ਲਾਈਨ ਕੱਢਣੀ ਹੈ ਨਾ। ਅੱਛਾ, ਹੁਣ ਨਵਾਂ ਸਿਸਟਮ ਆ ਗਿਆ, ਨਵਾਂ ਸਿਸਟਮ ਇਹ ਆ ਗਿਆ ਵੀ ਇੱਕ ਨੈਸ਼ਨਲ ਪੱਧਰ ਦੇ ਗ੍ਰਿਡ ਬਣ ਗਏ ਨੇ। ਨੈਸ਼ਨਲ ਪੱਧਰ ਦੇ ਜਿਹੜੇ ਵੱਡੇ ਗ੍ਰਿਡ ਨੇ ਉਹ ਸਾਰੇ ਸੂਬੇ ਦੇ ਵਿੱਚ ਮੌਜੂਦ ਨੇ। ਤੁਸੀਂ ਮੰਨ ਲਓ ਤਾਮਿਲਨਾਡੂ ਤੋਂ ਬਿਜਲੀ ਖਰੀਦਣੀ ਆ ਤਾਂ ਇਹਦਾ ਮਤਲਬ ਇਹ ਥੋੜੀ ਵੀ ਤੁਸੀਂ ਤਾਮਿਲਨਾਡੂ ਨੂੰ ਨਵੀਂ ਲਾਈਨ ਪਾਓਗੇ ਬਿਜਲੀ ਖਰੀਦਣ ਵਾਸਤੇ ਨਾ। ਅੱਛਾ, ਉਹ ਤਾਮਿਲਨਾਡੂ ਨੇ ਨੈਸ਼ਨਲ ਗ੍ਰਿਡ ਨੂੰ ਬਿਜਲੀ ਦੇ ਦੇਣੀ ਹੈ ਤੇ ਨੈਸ਼ਨਲ ਗ੍ਰਿਡ ਤੋਂ ਅਸੀਂ ਝੁੰਗ ਕੱਢ ਲੈਣੀ ਆ। ਨਹੀਂ, ਜਦੋਂ ਹੁਣ ਨੈਸ਼ਨਲ ਗ੍ਰਿਡ ਜਿਹੜਾ ਵਾ ਉਹਦੇ ਚ ਜਦੋਂ ਬੋਲੀ ਲੱਗਦੀ ਹੈ ਦੁਆਰਾ ਜੀ ਜਾਂ ਮੰਡੀ ਦੇ ਵਿੱਚ ਮਾਲ ਪਿਆ ਤਾਂ ਫਿਰ ਕੁਦਰਤੀ ਗੱਲ ਆ ਜਿਹੜਾ ਬੰਦਾ ਖਰੀਦਦਾਰ ਆ ਉਹ ਤਾਂ ਇਹੀ ਦੇਖੂਗਾ ਨਾ ਵੀ ਮੈਨੂੰ ਸਭ ਤੋਂ ਸਸਤਾ ਮਾਲ ਕਿੱਥੋਂ ਮਿਲਦਾ। ਤੇ ਜਦੋਂ ਦੱਖਣ ਦੀਆਂ ਕੰਪਨੀਆਂ ਸਾਡੇ ਨਾਲੋਂ ਤੀਜੇ ਹਿੱਸੇ ਦੇ ਵਿੱਚ ਬਿਜਲੀ ਵੇਚਦੀਆਂ ਨੇ ਤਾਂ ਸਾਡੇ ਵਾਲੀ ਮਹਿੰਗੀ ਕਿਉਂ ਖਰੀਦੂਗਾ? ਦਿਮਾਗ ਖਰਾਬ ਆ ਲੋਕਾਂ ਦਾ, ਸਾਡੇ ਵਾਲੀ ਬਿਜਲੀ ਨੂੰ ਕਿਹੜੇ ਰਾਹ ਸੋਨੇ ਦੀਆਂ ਤਾਰਾਂ ਨਾਲ ਸਪਲਾਈ ਕੀਤਾ ਜਾਂਦਾ? ਪੰਜਾਬ ਦੀ ਚੀਜ਼ ਹਮੇਸ਼ਾ ਹੀ ਵਧੀਆ ਹੁੰਦੀ ਹੈ, ਖਬਰਾਂ ਬਿਜਲੀ ਵਧੀਆ ਹੋਵੇ। ਤੁਹਾਡਾ ਜੀ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਉਦੋਂ ਵੀ ਪਾਕਿਸਤਾਨ ਨੇ ਅਸੀਂ ਜ਼ਮੀਨ ਨੂੰ ਦਾਅਵਾ ਕੀਤਾ ਸੀ, ਜਿਵੇਂ ਪਾਣੀ ਵਾਲੀਆਂ ਬੱਸਾਂ ਦਾ ਦਾਅਵਾ ਕੀਤਾ ਸੀ, ਇੱਕ ਝਗੜਾ ਜਿਹਾ ਲਿਆ ਕੇ ਅਸੀਂ ਜੇ ਪੱਤਰ ਤੇ ਖੜਾ ਕਰ ਵੀ ਦਿੱਤਾ ਸੀ। ਉਵੇਂ ਇਹਨਾਂ ਨੇ ਦਾਅਵਾ ਤਾਂ ਕਰਤਾ ਵੀ ਅਸੀਂ ਜਿਹੜਾ ਅੰਤਰਰਾਸ਼ਟਰੀ ਵਪਾਰ ਆ ਉਹਦੇ ਚ ਅਸੀਂ ਬਿਜਲੀ ਵੀ ਜਿਹੜੀ ਆ ਉਹਨੂੰ ਸ਼ਾਮਲ ਕਰ ਲਿਆ ਤੇ ਅਸੀਂ ਪਾਕਿਸਤਾਨ ਨੂੰ ਵੇਚਾਂਗੇ। ਪਹਿਲੀ ਗੱਲ ਤਾਂ ਉਹ ਦੋਨੋਂ ਦੇਸ਼ਾਂ ਦੀਆਂ ਸਰਕਾਰਾਂ ਨੇ ਉਹ ਸਮਝੌਤੇ ਨੀ ਮਾਨਤਾ ਨਹੀਂ ਦਿੱਤੀ, ਤੇ ਦੂਜੀ ਗੱਲ ਪਾਕਿਸਤਾਨ ਵਾਲਿਆਂ ਨੇ ਵੀ ਇਹ ਕਹਿਤਾ ਵੀ ਭਾਈ ਆਪਦੀ ਬਿਜਲੀ ਆਪਦੇ ਖੋਏ ਰੱਖੋ, ਸਾਡੀ ਤਾਂ ਪਹਿਲਾਂ ਸਹੀ ਗਈ ਹੋਈ ਹੈ ਉਹੀ ਮੋੜ ਦੋ, ਅਸੀਂ ਉਹ ਲੈਣਾ ਹੁਣ ਰਹਿਣਾ ਦੇਸ਼ ਬੰਦਾ। ਅਗਲੇ ਤਾਂ ਕਹਿੰਦੇ ਸਾਡੀ ਉਸਾ ਮੋੜੋ, ਤੁਸੀਂ ਕਹਿੰਦੇ ਬਿਜਲੀ ਲੈਣੀ ਸਕੋ ਹੁਣ ਉਸਾ ਨੇ ਬਿਜਲੀ ਪੈ ਲੈਣ ਲੈਣੋ ਕਰੇ ਕਿਆ ਬਾਤ। ਅੱਛਾ ਗੱਲ ਸਾਹਿਬ, ਤੁਸੀਂ ਗੱਲ ਕਰਦੇ ਸੀ ਧਰਮਸੋਤ ਦੀ, ਉਹਦਾ ਕੀ ਬਣਿਆ ਫਿਰ? ਜੀ ਧਰਮਸੋਤ ਦਾ ਕੀ ਬਣਿਆ ਜੀ? ਉਹ ਦੇਖੋ ਗੱਲ ਇਹ ਆ, ਇਹਦੇ ਚੋਂ ਹੁਣ ਇਹ ਲੀਰਾਂ ਦੀ ਬੁੱਧੋਂ ਭੁੱਲ ਗਈ, ਇਹਦੇ ਚੋਂ ਕਈ ਕੁਝ ਨਿਕਲਦਾ ਤੁਹਾਡਾ ਜੀ, ਪੱਕੀ ਗੱਲ ਆ ਜੀ। ਤੁਸੀਂ ਦੇਖੋ ਸਹੀ ਆਉਣ ਵਾਲੇ ਦਿਨ ਕੀ ਨਿਕਲੂਗਾ, ਨਿਕਲਦਾ ਗਿਆ ਸਾਰਾ ਕੁਝ, ਹੁਣ ਤਾਂ ਖੁਦ ਤੋਂ ਬਣਾਉਣ ਵਾਲਾ ਹੀ ਖਿਲਣ ਨੂੰ ਉਹਦੇ ਵਿੱਚ ਉਦਲ ਗਿਆ ਸਾਰਾ ਹੀ, ਇਹ ਨਾ ਖਿਲਣ ਨੂੰ ਹੈ ਉਹ। ਹੁਣ ਤੱਕ ਦੋ ਗੱਲਾਂ ਸਾਹਮਣੇ ਆਈਆਂ ਨੇ ਕੱਲ ਦੇ ਮਾਣਾ ਜੀ, ਮੇਰੇ ਇੱਕ ਮਿੱਤਰ ਨੇ ਪੱਤਰਕਾਰ ਨੇ ਚੰਡੀਗੜ੍ਹ ਦੇ ਵਿੱਚ ਵੱਡੇ ਪੱਤਰਕਾਰ ਨੇ, ਕੱਲ ਕੁਦਰਤੀ ਉਹਨਾਂ ਨਾਲ ਮੇਰੀ ਫੋਨ ਤੇ ਗੱਲ ਹੋ ਰਹੀ ਸੀ ਤਾਂ ਉਹਨਾਂ ਨੇ ਮੈਨੂੰ ਇੱਕ ਨਾ ਅੰਦਰਲੀ ਗੱਲ ਦੱਸੀ। ਉਹ ਕਹਿੰਦੇ ਵੀ ਇਹ ਜਿਹੜਾ ਕਿਰਪਾ ਸ਼ੰਕਰ ਸਰੋਜ ਹੈ ਨਾ, ਤੁਹਾਨੂੰ ਪਤਾ ਸਾਡੇ ਜਿਹੜੇ ਅਫਸਰਸ਼ਾਹੀ ਹੈ ਨਾ ਸਾਡੇ ਦੇਸ਼ ਦੀ, ਉਹਨੂੰ ਅੱਜ ਕੱਲ੍ਹ ਚੋਣਾਂ ਲੜਨ ਦਾ ਬੜਾ ਝੱਲ ਚੜਿਆ ਹੋਇਆ। ਤੁਹਾਨੂੰ ਪਤਾ ਦਰਬਾਰਾ ਸਿੰਘ ਗੁਰੂ ਜਿਹੜੇ ਚੀਫ ਸੈਕਟਰੀ ਸੀ, ਦਰਬਾਰਾ ਸਿੰਘ ਗੁਰੂ ਜਿਹੜੇ ਚੀਫ ਸੈਕਟਰੀ ਸੀ, ਪਾਗਲ ਸਦੀਕ ਨੇ ਹਿਲਾਤਾ ਸੀ, ਸਦੀਕ ਨੇ ਹਿਲਾਤਾ ਸੀ ਥੱਲੇ, ਉਹ ਸਦੀਕ ਨੇ ਸਦੀਕ ਦੀ ਤਰੁੰਬੀ ਨੇ ਹਿਲਾਤਾ ਸੀ, ਉਹ ਜੈਕਟ ਪਾਈ ਫਿਰਦਾ ਸੀ, ਸਦੀਕ ਦੀ ਤਰੁੰਬੀ ਨੇ ਉਹਦੇ ਗੋਡੇ ਲਵਾਤੇ ਤੇ ਇਹ ਹੋਰ ਕਈਆਂ ਦੇ ਲੱਗੇ। ਇੱਕ ਜੇ ਤੁਹਾਨੂੰ ਯਾਦ ਹੋਊਗਾ ਤਾਂ ਮੋਗੇ ਜਿਹੜੇ ਨਾਲ ਸੰਬੰਧਿਤ ਇੱਕ ਵੱਡਾ ਪੁਲਿਸ ਅਫਸਰ ਵੀ ਅਕਾਲੀਆਂ ਵੱਲੋਂ ਚੋਣ ਲੜਿਆ ਸੀ, ਗੱਲ ਗੱਲ ਗਿੱਲ ਸਾਹਿਬ, ਉਹਦੀ ਵੀ ਜਲਦੀ ਜਮਾਨਤ ਹੀ ਮਤਲਬ ਲੱਗੀ ਸੀ, ਮੇਰਾ ਖਿਆਲ ਪਹਾੜਾਂ ਤੇ ਚੜ ਗਿਆ ਉਹ, ਬੀਜੇਪੀ ਚ ਚੱਲ ਗਿਆ ਪਹਾੜਾਂ ਤੇ ਕਿਤੇ ਹਿਮਾਚਲ ਚ ਕਿਧਰੇ, ਉਹੀ ਤੁਹਾਨੂੰ ਦੱਸਣ ਲੱਗਿਆ, ਉਹੀ ਤੁਹਾਨੂੰ ਦੱਸਣ ਲੱਗਿਆ ਵੀ ਇਹ ਜਿਹੜਾ ਝੱਲ ਚੜਿਆ ਨਾ ਸਾਡੇ ਜਿਹੜੇ ਅਫਸਰਸ਼ਾਹੀ ਆ ਉਹਨੂੰ ਚੋਣਾਂ ਲੜਨ ਦਾ, ਸਾਡੇ ਹਲਕੇ ਤੋਂ ਵੀ ਚੜਿਆ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਡਾਕਟਰ ਅਮਰ ਸਿੰਘ ਨੇ, ਆਈ ਐਸ ਅਫਸਰ ਨੇ, ਔਰ ਦਿਗਵਿਜੇ ਸਿੰਘ ਦੇ ਇਹ ਪ੍ਰਿੰਸੀਪਲ ਸੈਕਟਰੀ ਰਹੇ ਨੇ ਮੱਧ ਪ੍ਰਦੇਸ਼ ਦੇ ਵਿੱਚ। ਇਵੇਂ ਇੱਥੇ ਹੁਣ ਜਿਹੜੀ ਅੰਦਰੋਂ ਪਤਾ ਲੱਗੀ ਸੂਚਨਾ ਤੇ ਕਿੰਨੀ ਸਚਾਈ ਆ ਇਹਦੇ ਬਾਰੇ ਤਾਂ ਮੈਂ ਕੋਈ ਦਾਅਵਾ ਨਹੀਂ ਕਰਦਾ, ਲੇਕਿਨ ਮੇਰੇ ਪੱਤਰਕਾਰ ਮਿੱਤਰ ਨੇ ਗੱਲ ਕਹੀ ਆ ਵੀ ਜਿਹੜਾ ਕਿਰਪਾ ਸ਼ੰਕਰ ਸਰੋਜ ਜਿਹੜੇ ਜਿਹਨਾਂ ਨੇ ਇਹ ਫਾਈਲ ਕੱਢ ਕੇ ਲੀਕ ਵੀ ਕੀਤੀ ਆ, ਕਿਉਂਕਿ ਇਹੋ ਜਿਹੇ ਮੌਕੇ ਦੇ ਉੱਤੇ
ਦੇਖੋ ਮੰਨ ਲਓ ਕੋਈ ਅੰਦਰ ਖਾਤੇ ਜਾਂਚ ਚੱਲਦੀ ਨੀ ਸੀਗੀ, ਤਾਂ ਜੇ ਜਾਂਚ ਚੱਲਦੀ ਸੀ ਤੇ ਉਹਦੀ ਜਿਹੜੀ ਫਾਈਲ ਜੇ ਲੀਕ ਹੋਈ ਬਾਹਰ, ਪੂਰੀ ਦੀ ਪੂਰੀ ਰਿਪੋਰਟ ਜਿਹੜੀ ਆ ਉਹ ਲੋਕਾਂ ਦੇ ਕੋਲੇ ਆ। ਕੇਂਦਰੀ ਮੰਤਰੀ ਨੇ ਜਿਹੜਾ ਮੰਗ ਪੱਤਰ ਦੇ ਕੇ ਆਏ ਨਾ ਅਕਾਲੀ ਰਣੀ ਦੇ, ਉਹ ਤੇ ਜਿਹੜੇ ਉਹਦੇ ਨਾਲ ਹੋਰ ਲੀਡਰ ਗਏ ਸੀ, ਉਹਨਾਂ ਨੇ ਉਹ ਰਿਪੋਰਟ ਦੀ ਕਾਪੀ ਕੇਂਦਰੀ ਮੰਤਰੀ ਨੂੰ ਦਿੱਤੀ ਆ, ਗਹਿਲੋਤ ਸਾਹਿਬ ਨੂੰ, ਥਾਵਰਚੰਦ ਗਹਿਲੋਤ ਨੂੰ, ਵੀ ਆਹ ਰਿਪੋਰਟ ਆ ਜੀ ਇਹਦੇ ਚ ਐ ਕਰਕੇ ਘਪਲਾ ਹੋਇਆ। ਤਾਂ ਉਹ ਜਿਹੜੀ ਰਿਪੋਰਟ ਆ ਆਖਿਰ ਜੇ ਉਹ ਬਾਹਰ ਨਿਕਲੀ ਆ ਤੇ ਅਫਸਰਸ਼ਾਹੀ ਦੀ ਮਰਜ਼ੀ ਨਾਲ ਤਾਂ ਨਿਕਲੀ ਨੀ, ਅਫਸਰਸ਼ਾਹੀ ਨੇ ਜਾਣ ਬੁੱਝ ਕੇ ਲੀਕ ਕੀਤੀ ਆ ਉਹ। ਇਹ ਗੱਲ ਤਾਂ ਉਹ ਵਾਲੇ ਦਿਨਾਂ ਚ ਪਤਾ ਲੱਗੂਗੀ ਹੋਈ, ਇਸ ਨਾਂ ਦੇ ਉੱਤੇ ਨੀ ਹੋ ਸਕਦਾ ਕਿਸੇ ਅਫਸਰ ਦੇ ਪਰ ਕੁਤਰੇ ਜਾਣ ਵੀ ਇਹ ਫਾਈਲ ਕਿਵੇਂ ਬਾਹਰ ਚਲੀ ਗਈ, ਇਹਦੇ ਲਈ ਵੀ ਸ਼ਾਇਦ ਜਾਂਚ ਹੋਵੇ ਵੀ ਆਖਿਰ ਇਹ ਫਾਈਲ ਬਾਹਰ ਗਈ ਕਿਵੇਂ ਆ। ਪਰ ਪਤਾ ਇਹ ਲੱਗਿਆ ਤੁਹਾਡਾ ਵੀ ਇਹ ਅੰਦਰਲੀ ਗੱਲ ਆ ਵੀ ਜਿਹੜੇ ਕਿਰਪਾ ਸ਼ੰਕਰ ਸਮੇਲ ਨੇ ਨਾ ਉਹ ਵੀ ਚੋਣਾਂ ਲੈਣ ਦੀ ਤਿਆਰੀ ਵਿੱਢੀ ਬੈਠੇ ਆ, ਕਿਉਂਕਿ ਨੌਕਰੀ ਉਹਨਾਂ ਦੀ ਵੀ ਥੋੜੀ ਰਹਿੰਦੀ ਆ, ਤੇ ਇਸ ਗੱਲ ਦੀ ਪੂਰੀ ਪੂਰੀ ਸੰਭਾਵਨਾ ਵੀ ਬੀਜੇਪੀ ਵੱਲੋਂ ਕੋਲ ਲੈਣ। ਅੱਛਾ ਹਾਂ ਠੀਕ ਹੈ, ਤੇ ਫਿਰ ਉਹ ਤਾਹੀ ਤਾਂ ਗੱਠਜੋੜ ਦੇ ਨੇੜੇ, ਤਾਹੀ ਤਾਂ ਅਕਾਲੀ ਨੇ ਅੱਗੇ ਉਹਨੇ ਬੜਾ ਦਬਕਾ ਮਾਰਿਆ ਜਿਹੜਾ ਧਰਮ ਸੋਤ ਹੈ, ਉਹਨੇ ਕੱਲ ਆਮ ਆਦਮੀ ਪਾਰਟੀ ਵਾਲਿਆਂ ਨੂੰ ਕਿਹਾ ਕਿ ਐਵੇਂ ਯਾਰ ਬੇਫਲੀਆਂ ਨਾ ਮਾਰੀ ਜਾਓ, ਹਜੇ ਕੋਈ ਸਬੂਤ ਨੀ ਲੈਣਾ ਨੀ ਦੇਣਾ ਨੀ ਤੁਹਾਡੇ ਕੋਲੇ, ਤੁਸੀਂ ਛੇਤੀ ਆ ਸਾਰੇ ਪੰਜਾਬ ਚ ਮੇਰੇ ਪੁਤਲੇ ਕੁੱਕੀ ਜਾਂਦੇ ਹੋ, ਗੱਲ ਨੀ ਬਾਤ ਨੀ ਪਹਿਲਾਂ ਪਤਾ ਤਾਂ ਕਰ ਲਓ ਵੀ ਇਹਦੇ ਹੈ ਕੀ ਆ। ਉਹਦਾ ਤੁਹਾਨੂੰ ਇਹ ਕਹਿੰਦਾ ਵੀ ਮੈਂ ਤਾਂ ਵੱਡਾ ਘਬਰਾ ਹੋਰ ਤੋਂ ਬਚਾਇਆ ਧਰਮ ਸੋਤ ਕਹਿ ਰਿਹਾ, ਹੁਣ ਦੇਖੋ ਹੋਰ ਬੜੇ ਦਿਨਾਂ ਚ ਕੀ ਨਿਕਲਦਾ, ਪਰ ਧਰਮ ਸੋਤ ਨੇ ਬਚਾਇਆ ਕਿ ਨਹੀਂ ਬਚਾਇਆ ਇਹ ਤਾਂ ਪਤਾ ਲੱਗੂ ਉਦੋਂ ਜਦੋਂ ਦਿੱਲੀ ਮਹਾਜਨ ਵਾਲੀ ਜਾਂਚ ਸਿਰੇ ਚੜ੍ਹਦੀ ਆ, ਜਾਂ ਕੇਂਦਰ ਸਰਕਾਰ ਵੱਲੋਂ ਭੇਜੇ ਦੋ ਅਫਸਰਾਂ ਦੀ ਜਾਂਚ ਸਿਰੇ ਚੜ੍ਹਦੀ ਆ, ਜਾਂ ਫਿਰ ਤਬਾਹ ਆ ਕੇ ਸਰਕਾਰ ਇਹਦੀ ਜਾਂਚ ਸੀਬੀਆਈ ਦੇ ਹਵਾਲੇ ਕਰਨ ਲਈ ਰਾਜੀ ਹੋ ਜਾਂਦੀ ਆ, ਇਹ ਤਾਂ ਲੱਗੂ ਪਤਾ ਕੱਲ੍ਹ ਜਾਂ ਪਰਸੋਂ ਨੂੰ। ਪਰ ਤੁਹਾਡਾ ਜੀ ਗੱਲ ਇਹ ਆ ਕਿ ਇਹਦੂ ਬਿਨਾਂ ਜਿਹੜਾ ਕੈਪਟਨ ਸਾਹਿਬ ਦਾ ਪੁੱਤਰ ਹੈ ਰਣਿੰਦਰ, ਭਾਵੇਂ ਕੀ ਕਰਨੀ ਰਾਜਨੀਤੀ ਜਿਹੜੀ ਵਾਲਾ ਪੁੱਤਾ ਚੱਲਿਆ ਨੀ ਗਾ, ਕੋਸ਼ਿਸ਼ ਤਾਂ ਕੈਪਟਨ ਸਾਹਿਬ ਨੇ ਵੀ ਬੜੀ ਕੀਤੀ, ਬੀਬੀ ਪਰਮੀਤ ਕੌਰ ਨੇ ਵੀ ਬੜੀ ਕੀਤੀ ਆਪਣੇ ਮੁੰਡੇ ਨੂੰ ਸ਼ਿਗਾਰ ਕੇ ਰਾਜਨੀਤੀ ਚ ਲਿਆਉਣ ਦੀ, ਉਹ ਵੱਖਰੀ ਗੱਲ ਹੈ ਚੱਲਿਆ ਹੀ ਨਹੀਂ ਹੈ, ਉਹ ਯੁਵਰਾਜ ਯੁਵਰਾਜ ਹੀ ਰਹਿ ਗਿਆ, ਉਹ ਤੁਰਿਆ ਹੀ ਨਹੀਂ ਗਿਆ। ਪਰ ਉਹਦੇ ਉੱਤੇ ਪਿਛਲੇ ਸਮੇਂ ਦੇ ਵਿੱਚ ਆਮਦਨ ਤੋਂ ਜ਼ਿਆਦਾ ਜਿਹੜੇ ਜਿਹੜੀ ਆਮਦਨ ਦੇ ਸਰੋਤ ਨੇ ਉਹਦੇ ਤੋਂ ਜ਼ਿਆਦਾ ਧਨ ਇਕੱਠਾ ਕਰਨ ਦੇ ਮਾਮਲੇ ਚ ਕੈਪਟਨ ਸਾਹਿਬ ਤੇ ਵੀ ਤੇ ਰਣਿੰਦਰ ਤੇ ਵੀ ਕੁਛ ਦੋਸ਼ ਲੱਗੇ ਸੀ, ਉਹਨਾਂ ਦੋਸ਼ਾਂ ਦੀ ਜਾਂਚ ਈਡੀ ਨੇ ਸ਼ੁਰੂ ਕੀਤੀ ਹੋਈ ਆ, ਤੇ ਪਤਾ ਲੱਗਿਆ ਵੀ ਈਡੀ ਵਾਲਿਆਂ ਨੇ ਕਈ ਫਾਈਲਾਂ ਤੋਂ ਮਿੱਟੀ ਝਾੜ ਲਈ ਆ, ਤੇ ਹੋ ਸਕਦਾ ਆਉਣ ਵਾਲੇ ਦਿਨਾਂ ਚ ਉਹ ਪੁੱਤ ਦੀ ਬਾਂਹ ਮਰੋੜਨ ਲਈ ਕੋਈ ਗੱਲ ਕਿਸੇ ਪਾਸੇ ਨੂੰ ਤੁਰਕੇ, ਕਿਉਂਕਿ ਤੁਸੀਂ ਦੇਖਿਆ ਹੋਣਾ ਵੀ ਹੁਣ ਤਾਂ ਹੀ ਕੈਪਟਨ ਅਮਰਿੰਦਰ ਸਿੰਘ ਨਰਿੰਦਰ ਮੋਦੀ ਦੇ ਪੈਰ ਦੇ ਵਿੱਚ ਪੈਰ ਧਰਦਾ ਰਿਹਾ, ਪਰ ਜਦੋਂ ਕਿਤੇ ਆਪ ਦੀ ਕੁਰਸੀ ਨੂੰ ਆਂਚ ਆਉਂਦੀ ਆ ਤਾਂ ਉਹਦੇ ਸੁਰ ਦੂਜੀ ਵੀ ਕੱਢਦਾ, ਜਿਵੇਂ ਧਰਮ ਸੋਤ ਵਾਲੇ ਇਸ਼ੂ ਦੇ ਉੱਤੇ ਜਦੋਂ ਕੇਂਦਰ ਨੇ ਕਿਹਾ ਵੀ ਅਸੀਂ ਜੋ ਅਫਸਰ ਭੇਜਾਂਗੇ ਉਹ ਆਡਿਟ ਕਰਨਗੇ ਤੇ ਜਾਂਚ ਕਰਨਗੇ, ਤਾਂ ਉਦੋਂ ਕੈਪਟਨ ਸਾਹਿਬ ਕਹਿੰਦੇ ਵੀ ਇਹ ਤਾਂ ਫੈਡਰਲ ਢਾਂਚੇ ਦੇ ਖਿਲਾਫ਼ ਆ, ਇਹ ਤਾਂ ਜਿਹੜੇ ਸੰਘੀ ਢਾਂਚਾ ਰਾਜਾਂ ਦੇ ਅਧਿਕਾਰਾਂ ਦੇ ਵਿੱਚ ਦਖਲ ਅੰਦਾਜ਼ੀ ਆ, ਇਸ ਕਰਕੇ ਮੈਨੂੰ ਇਹ ਪ੍ਰਵਾਨ ਨਹੀਂ ਹੈ, ਤੇ ਜਦੋਂ ਉਹਨਾਂ ਨੇ ਇਹ ਗੱਲ ਕਹੀ ਤੇ ਮੈਨੂੰ ਇਹ ਪ੍ਰਵਾਨ ਨਹੀਂ, ਉਹਨਾਂ ਨੇ ਉਹਦੇ ਫਾਈਲ ਤੋਂ ਮਿੱਟੀ ਝਾੜਨੀ ਸ਼ੁਰੂ ਕਰਤੀ, ਹੁਣ ਦੇਖੋ ਆਉਣ ਵਾਲੇ ਦਿਨਾਂ 'ਚ ਕੀ ਬਣਦਾ ਜੀ। ਬਾਣਨਾ ਬਣਾਉਣਾ ਕੀ ਆ, ਬਾਣੀ ਪਾ ਲਿਆ ਕੈਪਟਨ, ਕਿਉਂਕਿ ਥੱਲੇ ਵਾਲੇ ਜਿੰਨੇ ਵੀ ਮੰਤਰੀ ਨੇ ਕਿਸੇ ਨਾ ਕਿਸੇ ਕਸੋਤੇ ਚੱਕਰਾਂ ਚ ਫਸ ਗਏ ਨੇ, ਤੇ ਹੁਣ ਕੈਪਟਨ ਦੀ ਗਰਦਨ ਨੂੰ ਹੱਥ ਪਾ ਲਿਆ ਸੈਂਟਰ ਨੇ, ਹੁਣ ਇਹ ਆਉਣ ਵਾਲਾ ਸਮਾਂ ਦੱਸੂ ਕੈਪਟਨ ਸਾਹਿਬ ਪਹਾੜਾਂ ਚ ਜਾ ਕੇ ਵੀ ਸੁੱਖ ਦੀ ਨੀਂਦ ਸੌਣਗੇ ਜਾਂ ਰਾਤਾਂ ਨੂੰ ਸੁਪਨਿਆਂ ਚ ਉੱਠ ਉੱਠ ਕੇ ਭੱਜਣਗੇ, ਪੰਗਾ ਇਹ ਪੈ ਗਿਆ ਹੁਣ। ਇਹ ਜ਼ਰੂਰ ਜਿਹੜਾ ਆਉਣ ਵਾਲਾ ਸਾਲ ਹੈ 2021 ਕੈਪਟਨ ਸਾਹਿਬ ਦੇ ਲਈ ਇੰਨਾ ਸੁਖਾਲਾ ਸਾਲ ਨਹੀਂ ਹੈਗਾ, ਜਿੱਥੇ ਵਿਰੋਧੀ ਘੇਰਨਗੇ ਉੱਥੇ ਆਪਣੇ ਵੀ ਪੰਗਾ ਪਾਉਣਗੇ, ਇਹ ਸਮਾਂ ਦੱਸੂਗਾ ਇਹ ਕਿੱਧਰ ਨੂੰ ਜਾਂਦੀ ਹੈ ਸਾਰੀ ਗੱਲ। ਗਿੱਲ ਸਾਹਿਬ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਮਗਰੋਂ ਫਿਰ ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ, ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਆਹੋ ਜੀ ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨਾਪਨੀ। ਕੁਇਕ ਟਰੱਕ ਲਿਊਬ ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL ਬਿਕਾਜ਼ ਵੀ ਕੇਅਰ। ਗਿੱਲ ਸਾਹਿਬ ਤੁਸੀਂ ਮੇਰਾ ਕਈ ਵਾਰੀ ਕਮਾਲ ਇਹ ਕਰ ਦਿੰਦੇ ਹੋ, ਲੋਕ ਤਾਂ ਕਹਿੰਦੇ ਨੇ ਨਾ ਰਹੂਗਾ ਬਾਂਸ ਨਾ ਵੱਜੂਗੀ ਬਾਂਸਰੀ, ਤੁਸੀਂ ਕਹਿੰਦੇ ਹੋ ਬਾਂਸ ਤਾਂ ਵੱਜੂਗਾ ਬਾਂਸਰੀ ਨਹੀਂ ਰਹਿਣੀ।
ਅਸਲੀ ਗੱਲ ਦੱਸੋ ਵਿੱਚ ਵਾਲੀ ਗੱਲ ਕੀ ਹੈ। ਦੇਖੋ ਜੀ ਜਿਹੜੀ ਗੱਲ ਤੁਸੀਂ ਕਹੀ ਸੀਗੀ ਤੁਸੀਂ ਸਗੋਂ ਮੈਨੂੰ ਰਜਾ ਕੇ ਦੱਸਿਆ, ਮੈਂ ਤਾਂ ਇਹ ਕਿਹਾ ਵਾ ਤੋੜ ਦਿੱਤਾ ਬਾਂਸ ਹੁਣ ਨੀ ਬਚੂਗੀ ਬੰਸਰੀ, ਅਸੀਂ ਬਾਂਸ ਹੀ ਤੋੜਤਾ ਬਜਾਲੋ ਬੰਸਰੀ ਜਿਵੇਂ ਬਜਾਉਣੀ ਹੈ। ਥੋੜਾ ਜਿਹਾ ਆਪਾਂ ਕੱਲ ਚਰਚਾ ਕੀਤੀ ਸੀ ਵੀ ਮੋਦੀ ਜੀ ਕਰਦੇ ਨੇ ਮਨ ਕੀ ਬਾਤ ਮਹੀਨੇ, ਮਨ ਕੀ ਬਾਤ ਕਰਦੇ ਨੇ, ਜਦੋਂ ਮਨ ਕੀ ਬਾਤ ਕਰਦੇ ਨੇ ਉਦੋਂ ਲੋਕਾਂ ਦੀ ਨੀ ਸੁਣਦੇ ਆਪਣੀ ਗੱਲ ਕਰਦੇ ਨੇ। ਤਾਂ ਇੱਕ ਹੀ ਉਹਨਾਂ ਨੇ ਜਦੋਂ ਸਾਰੀ ਦੁਨੀਆਂ ਤਰਾਂ ਤਰ੍ਹਾਂ ਕਰਨ ਲੱਗੀ ਹੈ, ਲੋਕੀ ਕੋਰੋਨਾ ਦੇ ਝੰਡੇ ਹੋਏ ਹਜੇ ਤੱਕ ਚੱਜ ਨਾਲ ਅੱਖਾਂ ਨੂੰ ਖੋਲ ਸਕੇ, ਆਰਥਿਕਤਾ ਜਿਹਨੂੰ 5 ਟ੍ਰਿਲੀਅਨ ਦੀ ਬਣਾਉਣ ਨੂੰ ਕਹਿੰਦਾ ਸੀ ਉਹ -23.9 ਤੇ ਚਲੀ ਗਈ, ਤੇ ਰੁਜ਼ਗਾਰ 2 ਕਰੋੜ ਤੋਂ ਜ਼ਿਆਦਾ ਲੋਕਾਂ ਦਾ ਅੱਜ 6 ਮਹੀਨੇ ਜੀ ਖੁੱਸ ਗਿਆ, ਤੇ ਸਾਰੀ ਆਰਥਿਕਤਾ ਲੀਹੋ ਰਹੀ ਪਈ ਆ, ਸਨਅਤ ਸਾਰੀ ਲੀਹੋ ਰਹੀ ਪਈ ਆ, ਜੇ ਕਿਤੇ ਮਾੜੀ ਮੋਟੀ ਸਹਿਕਦੀ ਆ ਤਾਂ ਖੇਤੀ ਸਹਿਕਦੀ ਆ, ਉਹਨੇ ਜ਼ਰੂਰ 3.5% ਗਰੋਥ ਦਿੱਤੀ ਆ, ਬਾਕੀ ਸਾਰੇ ਮਾਮਲਿਆਂ ਚ ਜਿਹੜੀ ਆ ਉਹ ਗਰੋਥ ਮਾਈਨਸ ਦੇ ਵਿੱਚ ਗਈ ਆ। ਤੇ ਇਸ ਜਿਹੜੀ ਮਨ ਕੀ ਬਾਤ ਸੀ, ਹੁਣ ਤੱਕ ਮਨ ਕੀ ਬਾਤ ਜਿਹੜਾ ਬੀਜੇਪੀ ਦਾ ITC ਸੈੱਲ ਆ ਜਾਂ RSS ਦਾ ITC ਸੈੱਲ ਆ, ਉਹ ਇਹਨੂੰ ਐਂ ਪ੍ਰਚਾਰਨ ਲੱਗਿਆ ਹੋਇਆ ਸੀ ਵੀ ਜਿਵੇਂ ਇਹ ਕਿਤੇ ਬਾਬਿਆਂ ਦੇ ਪ੍ਰਵਚਨ ਹੁੰਦੇ ਨੇ ਵੀ ਇਹਨੂੰ ਸੁਣਨਾ ਤਾਂ ਬਹੁਤ ਜ਼ਰੂਰੀ ਆ, ਤੇ ਉਹਦੇ ਜਦੋਂ ਇਹਨੂੰ ਯੂਟਿਊਬ ਦੇ ਉੱਤੇ ਪਾ ਦਿੰਦੇ ਸੀ, ਬੀਜੇਪੀ ਦੇ ਜਿਹੜਾ ਪੋਰਟਲ ਹੈ ਉਹਦੇ ਤੇ ਵੀ ਪਾਉਂਦੇ ਸੀ, ਤੇ ਜਿਹੜਾ ਪ੍ਰਧਾਨ ਮੰਤਰੀ ਦਾ ਯੂਟਿਊਬ ਚੈਨਲ ਹੈ ਉਹਦੇ ਉੱਤੇ ਵੀ ਪਾਉਂਦੇ ਸੀ, ਤੇ ਫੇਸਬੁੱਕ ਤੇ ਵੀ ਪਾਉਂਦੇ ਸੀ। ਤਾਂ ਉਹਦੇ ਉੱਤੇ ਲੋਕੀ ਫਿਰ ਲਾਈਕ ਪਸੰਦ ਜਾਂ ਨਾ ਪਸੰਦ ਵਾਲਾ ਬਟਨ ਜ਼ਰੂਰ ਦੱਬਦੇ ਨੇ, ਤੇ ਕੁਛ ਲੋਕ ਇਹਦੇ ਉੱਤੇ ਕਮੈਂਟ ਵੀ ਲਿਖਦੇ ਨੇ। ਹੁਣ ਤੱਕ ਜਿੰਨੀਆਂ ਮਨ ਕੀ ਬਾਤਾਂ ਕੀਤੀਆਂ ਨੇ ਮੋਦੀ ਸਾਹਿਬ ਨੇ ਉਹਦੇ ਉੱਤੇ ITC ਸੈੱਲ ਵਾਲਿਆਂ ਨੇ ਰੱਦ ਕੇ ਇਹਦੇ ਜਿਹੜੇ ਬਟਨ ਦੱਬੇ ਪਸੰਦੀਦਾ ਵਾਲੇ, ਪਰ ਇੱਕੀ ਪਹਿਲੀ ਵਾਰ ਹੋਇਆ ਸਾਢੇ 6 ਸਾਲਾਂ ਦੇ ਵਿੱਚ ਵੀ ਪਸੰਦ ਕਰਨ ਵਾਲਿਆਂ ਦੀ ਗਿਣਤੀ ਤਾਂ ਰਹੇਗੀ 94,000, ਨਾ ਪਸੰਦ ਕਰਨ ਵਾਲਿਆਂ ਦੀ ਗਿਣਤੀ ਹੋਗੀ ਤਕਰੀਬਨ 6.5 ਲੱਖ। ਅੱਛਾ ਜੀ। ਤੇ ਜਿਹੜੇ ਕਮੈਂਟ ਆਏ ਹਜ਼ਾਰਾਂ ਦੀ ਗਿਣਤੀ ਚ, ਉਹਨਾਂ ਦੇ ਵਿੱਚੋਂ ਜਾਣੀ ਵੀ ਤੁਸੀਂ ਇਹ ਕਹਿੰਦੇ ਵੀ 5-10% ਹੀ ਸੀ ਜਿਹਨਾਂ ਨੇ ਮੋਦੀ ਦੀ ਤਾਰੀਫ ਕੀਤੀ, ਤੇ ਬਾਕੀ ਦਿਆਂ ਨੇ ਸਭ ਨੇ ਤੋੜ ਨਹੀਂ ਕੀਤੀ। ਇੰਨੀ ਕੁੱਤੇ ਖੜੀ ਹੋਣ ਤੋਂ ਬਾਅਦ ਜਦੋਂ ਇਹਦੀ ਚਰਚਾ ਮੀਡੀਆ ਚ ਵੀ ਸ਼ੁਰੂ ਹੋ ਗਈ ਤਾਂ ਫਿਰ ਕੱਲ ਅਗਲਿਆਂ ਨੇ ਬਾਸ ਹੀ ਤੋੜਤਾ, ਉਹ ਕਹਿੰਦੇ ਬਜਾਏ ਮੰਤਰੀ ਉਹਨਾਂ ਨੇ ਕਿ ਉਹ ਜਿਹੜਾ ਯੂਟਿਊਬ ਵਾਲਾ ਚੈਨਲ ਹੈ ਨਾ ਉਹਦੇ ਤੇ ਲਾਈਕ ਡਿਸਲਾਈਕ ਵਾਲੇ ਬਟਨ ਹੀ ਬੰਦ ਕਰਤੇ, ਕਹਿੰਦੇ ਨਾ ਤੁਸੀਂ ਲਾਈਕ ਕਰ ਸਕਦੇ ਹੋ ਨਾ ਤੁਸੀਂ ਡਿਸਲਾਈਕ ਕਰ ਸਕਦੇ ਹੋ ਤੇ ਨਾ ਹੀ ਤੁਸੀਂ ਕਮੈਂਟ ਕਰ ਸਕਦੇ ਹੋ। ਹੁਣ ਸਰ 90% ਚੱਲੂਗੀ, ਹੁਣ ਮੋਦੀ ਦੇ ਮਨ ਕੀ ਬਾਤ ਹੀ ਹੋਊਗੀ, ਉਹਦੇ ਉੱਤੇ ਕਮੈਂਟ ਕੋਈ ਨੀ ਹੋਣਾ, ਨਾ ਲਾਈਕ ਨਾ ਡਿਸਲਾਈਕ। ਕੱਲ ਦੁਆਰਾ ਜੀ ਇੱਕ ਬੰਦਾ ਹੈ ਤਾਂ ਉਹ ਕੋਈ ਕਮੇਡੀਅਨ ਟਾਈਪ ਜਿਹੀ ਆ, ਨਵਾਂ ਮੁੰਡਾ ਵਾ, ਨਾਂ ਨੂੰ ਕਦੇ ਕਦੇ ਸੁਣਿਆ ਨੀ ਅੱਗੇ, ਲੇਕਿਨ ਉਹ ਚਤੰਦਰ ਮੋਦੀ ਦੀ ਨਾ ਇੰਨੀ ਵਧੀਆ ਨਕਲ ਲਾਉਂਦਾ, ਮੈਂ ਕਹਿੰਦਾ ਵੀ ਜਿਹਦਾ ਮੂੰਹ ਨਾ ਦਿਖਾਉਣ ਤੇ ਤੁਸੀਂ ਅੰਦਾਜ਼ਾ ਨੀ ਲਾ ਸਕਦੇ ਵੀ ਮੋਦੀ ਬੋਲਦਾ ਜਾਂ ਕੋਈ ਹੋਰ ਬੋਲਦਾ, ਉਹ ਮੋਦੀ ਸੀ ਬੋਲਦਾ। ਅੱਛਾ, ਹਾਂ ਨਹੀਂ, ਹਾਂ ਉਹਨੇ ਕੱਲ ਕਦੇ ਕਿਹਾ, ਉਹ ਕਹਿੰਦਾ ਵੀ ਦੇਖੋ ਸਾਡੇ ਜਿਹੜੇ ਬਹੁਤ ਤੇਜਸਵੀ ਔਰ ਖੰਨਾ ਗਏ ਜਿਹੜੇ ਮੁੱਖ ਮੰਤਰੀ ਹੋਣੇ ਯੋਗੀ ਆਦਿੱਤਿਆਨਾਥ, ਕਹਿੰਦਾ ਵੀ ਮੈਂ ਕਹਿੰਦਾ ਪਹਿਲਾਂ ਤਾਂ ਮੈਂ ਲੋਕਾਂ ਨੂੰ ਭਾਈਏ ਬਹਿਣੇ ਕਹਿੰਦਾ ਆਪਣਾ ਫੋਨ ਉਲਟਾ ਕਰ ਲਓ, ਕਹਿੰਦਾ ਜੋ ਲਾਈਕ ਵਾਲੇ ਬਟਨ ਹੈ ਉਹ ਡਿਸਲਾਈਕ ਹੋ ਜਾਏਗੇ, ਜੋ ਡਿਸਲਾਈਕ ਵਾਲੇ ਹੈ ਉਹ ਲਾਈਕ ਹੋ ਜਾਏਗੇ, ਕਹਿੰਦਾ ਉੱਠਾ ਜਾ ਤਾਂ ਬੜਾ ਹੋਊਗਾ ਤੇ ਉਹਦੇ ਨਾਲ ਬਦਲ ਦੂ, ਕਹਿੰਦਾ ਜੋ ਰਮੇਸ਼ ਮੋਦੀ ਨਹੀਂ ਹੁੰਦਾ ਤਾਂ ਕਹਿੰਦਾ ਮੈਂ ਫਿਰ ਯੋਗੀ ਜੀ ਨੂੰ ਕਹਿ ਦੇਣਾ ਵੀ ਉਹ ਨਾ ਇਹਦਾ ਨਾਂ ਬਦਲ ਦੇਣਗੇ, ਤੁਹਾਨੂੰ ਪਤਾ ਉਹਨਾਂ ਨੇ ਕਿੰਨੇ ਸ਼ਹਿਰਾਂ ਦੇ ਨਾਂ ਬਦਲਤੇ, ਪ੍ਰਯਾਗਰਾਜ ਕਰਤਾ ਇਲਾਹਾਬਾਦ ਦਾ ਨਾਂ, ਹੋਰ ਪਤਾ ਨੀ ਕਿੰਨੀਆਂ ਦੇ ਨਾਂ ਬਦਲਤੇ। ਉਹ ਕਹਿੰਦੇ ਵੀ ਮੈਂ ਜਿਹੜਾ ਉਹ ਡਿਸਲਾਈਕ ਵਾਲਾ ਬਟਨ ਆ ਨਾ ਉਹ ਯੋਗੀ ਜੀ ਨੂੰ ਕਹਿ ਕੇ ਇਹਦਾ 9-10 ਲਾਈਕ ਕਰ ਦੇਣਾ, ਜਿਹਦਾ ਆਪਾਂ ਡਿਸਲਾਈਕ ਦੀ ਥਾਂ ਤੇ ਨਾ ਇਹਦਾ 9-10 ਲਾਈਕ ਕਰ ਦੇਣਾ, ਜੇ ਤੁਸੀਂ ਮੈਨੂੰ ਇੱਕ ਵਾਰੀ ਡਿਸਲਾਈਕ ਕਰੋਗੇ ਤਾਂ ਮੇਰੇ ਖਾਤੇ ਚ 10 ਲਾਈਕ ਆਉਣਗੇ। ਸੋ ਕੱਲ ਸਰਕਾਰ ਨੇ ਮਤਲਬ ਇਹ ਕਰਤਾ ਵੀ ਹੁਣ ਇਹ ਬਟਨ ਹੀ ਬੰਦ ਕਰਤੇ, ਨਾ ਯੂਟਿਊਬ ਤੇ ਨਾ ਫੇਸਬੁੱਕ ਤੇ ਤੁਸੀਂ ਕੋਈ ਕਮੈਂਟ ਨੀ ਕਰ ਸਕਦੇ, ਕੁਛ ਨੀ ਕਰ ਸਕਦੇ। ਪਹਿਲਾਂ ਵੀ ਕੱਲੀ ਮਨ ਕੀ ਬਾਤ ਤਾਂ ਕਰਦੇ ਨੇ ਮੋਦੀ ਜੀ, ਪਰ ਤੁਹਾਨੂੰ ਪਤਾ ਵੀ 7-9 ਸਾਲ ਚੜ ਗਿਆ, ਅੱਜ ਤਾਂ ਇਹਨਾਂ ਨੇ ਕੋਈ ਪ੍ਰੈਸ ਕਾਨਫਰੰਸ ਨਹੀਂ ਕੀਤੀ ਕਿਉਂਕਿ ਸਵਾਲਾਂ ਤੋਂ ਡਰਦੇ ਆ, ਤਾਂ ਜੇ ਕੋਈ ਸਵਾਲ ਨਾ ਕਰੇ ਇਹਨਾਂ ਸਵਾਲਾਂ ਤੋਂ ਡਰਦੇ ਉਹ ਕਦੇ ਪੱਤਰਕਾਰਾਂ ਦੇ ਰੂਹ ਨਹੀਂ ਹੋਏ। ਤੁਹਾਡੇ ਵਾਲਾ ਜਿਹੜਾ ਰਾਸ਼ਟਰਪਤੀ ਹੈ ਟਰੰਪ ਉਹ ਤਾਂ ਰੋਜ਼ ਅੰਦਰ ਬੈਠਾ ਹੁੰਦਾ ਕੋਲੀ ਪਟਾਰੀ, ਮੈਂ ਇੱਕ ਗੱਲ ਇਹਦੇ ਵਿੱਚ ਤੁਹਾਡੇ ਨਾਲ ਜੋੜ ਦੇਵਾਂ, ਸਾਡੇ ਇਲੈਕਸ਼ਨ ਦੇ 60 ਦਿਨ ਰਹਿ ਗਏ ਨੇ
ਤੇ ਪਹਿਲੀ ਜਿਹੜੀ ਡਿਬੇਟ ਹੈ ਇਹਨਾਂ ਦੋਹਾਂ ਦੇ ਵਿੱਚ 29 ਸਤੰਬਰ ਤੋਂ ਹੋਣੀ ਹੈ, 3 ਡਿਬੇਟਾਂ ਹੋਣੀਆਂ ਨੇ। ਅੱਜ ਪਹਿਲੀ ਵਾਰੀ ਜਿਹੜਾ ਵਿਰੋਧੀ ਧਿਰ ਦਾ ਨੇਤਾ ਜੋ ਬਾਈਡਨ ਉਹ ਬਾਹਰ ਨਿਕਲਿਆ ਬੇਸਮੈਂਟ ਦੇ ਵਿੱਚੋਂ, ਉਹਨੇ ਕੁਛ ਇੱਕ ਪੱਤਰਕਾਰਾਂ ਦੇ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਹੈ। ਫਾਕਸ ਨਿਊਜ਼ ਦੇ ਇੱਕ ਪੱਤਰਕਾਰ ਨੇ ਉਹਨੂੰ ਸਵਾਲ ਕੀਤਾ, ਉਹ ਭੜਕ ਗਿਆ ਸੀ, ਕਹਿੰਦਾ ਮੈਨੂੰ ਪਤਾ ਤੂੰ ਮੈਨੂੰ ਤਿੱਖਾ ਸਵਾਲ ਪੁੱਛੇਗਾ। ਉਹ ਕਹਿੰਦਾ ਅਜੇ ਤਾਂ ਮੈਂ ਪੁੱਛਿਆ ਹੀ ਨਹੀਂ, ਭੜਕਦਾ ਕਾਹਤੋਂ ਹੈ, ਬੜਾ ਕੁਛ ਹੋਇਆ ਅੱਜ। ਜੀ ਜੀ ਬਿਲਕੁਲ, ਪੱਤਰਕਾਰਾਂ ਦੇ ਸਾਹਮਣੇ ਤੇ ਉਹ ਕਹਿੰਦਾ ਵੀ ਆਪਾਂ ਇਹਨਾਂ ਦੇ ਪ੍ਰੈਸ ਕਾਨਫਰੰਸ ਨਹੀਂ ਸੀ, ਤੁਸੀਂ ਦੇਖੋ ਇਹ ਪਹਿਲਾ ਪ੍ਰਧਾਨ ਮੰਤਰੀ ਆ ਸਾਡੇ ਦੇਸ਼ ਦਾ ਜਿਹਨੇ ਅੱਜ ਤੱਕ ਪ੍ਰੈਸ ਕਾਨਫਰੰਸ ਹੀ ਨਹੀਂ ਕੀਤੀ ਕਰੇ ਜੀ, ਕਿਉਂਕਿ ਇਸ ਕਰਕੇ ਨੀ ਨਾ ਕੀਤੀ ਕਿ ਇਹ ਵਿਚਾਰੇ ਹੈਗੇ ਨੇ ਜੋਗੀ ਟਾਈਪ ਦੇ ਬੰਦੇ, ਇਹ ਪ੍ਰਵਚਨ ਹੀ ਕਰਦੇ ਨੇ, ਸਵਾਲ ਨੀ ਕਿਸੇ ਦਾ ਲੈਂਦੇ। ਹਾਂਜੀ ਅੱਛਾ ਗਿੱਲ ਸਾਹਿਬ, ਕਮਾਲ ਦੀ ਗੱਲ ਤਾਂ ਇਹ ਹੈ, ਤੁਸੀਂ ਕਈ ਗੱਲਾਂ ਕਰ ਗਏ ਹੋ ਅੱਜ ਵਿਚ, ਪ੍ਰਧਾਨ ਮੰਤਰੀ ਦੀ ਗੱਲ ਵੀ ਕੀਤੀ ਹੈ, ਚਲੋ ਸਾਰਾ ਕੁਛ ਹੋਊਗਾ। ਇੱਕ ਕਹਿੰਦੇ ਨੇ ਇੱਕ ਚੁਟਕਲਾ ਇਹਦੇ ਨਾਲ ਤੁਹਾਨੂੰ ਦੱਸ ਦਿੰਦਾ, ਜਿਵੇਂ ਇਹਨਾਂ ਦੀ ਮੋਦੀ ਵਾਲੀ ਗੱਲ ਤੁਸੀਂ ਕੀਤੀ ਹੈ ਨਾ, ਕਹਿੰਦੇ ਇੱਕ ਬੰਦਾ ਅਨਪੜ੍ਹ ਸੀ, ਉਹ ਇੰਨਾ ਅਨਪੜ੍ਹ ਸੀ ਕਿ ਉਹਨੂੰ ਪੜ੍ਹਨਾ ਪੁੜ੍ਹਨਾ ਤਾਂ ਆਉਂਦਾ, ਚਲਾਕ ਬਹੁਤ ਸੀ, ਲੋਕਾਂ ਨੂੰ ਸਮਝਦਾ, ਲੋਕ ਸਮਝਦੇ ਸੀ ਬਹੁਤ ਪੜ੍ਹਿਆ ਲਿਖਿਆ। ਉਹ ਜਦੋਂ ਵੀ ਬੱਸ ਚ ਬਹਿੰਦਾ ਸੀ ਅੱਡੇ ਤੋਂ ਪਹਿਲਾਂ ਉਹ ਇੰਗਲਿਸ਼ ਦਾ ਅਖਬਾਰ ਲੈਂਦਾ ਸੀ, ਪੰਜਾਬੀ ਦਾ ਨਹੀਂ ਸੀ ਲੈਂਦਾ, ਇੰਗਲਿਸ਼ ਦਾ ਅਖਬਾਰ ਲੈ ਕੇ ਉਹ ਬੱਸ ਚ ਬਹਿ ਜਾਂਦਾ ਸੀ, ਫਿਰ ਉਹਨੂੰ ਆਪਣੇ ਮੂਹਰੇ ਐਂ ਕਰ ਲੈਂਦਾ ਸੀ, ਲੋਕ ਨਾਲ ਦੇ ਸਮਝਦੇ ਸੀ ਇਹ ਬਹੁਤ ਤਕੜਾ ਪੜ੍ਹਿਆ ਲਿਖਿਆ। ਉਹ ਮਾਂ ਦਾ ਪੁੱਤ ਹੈ ਇਹੋ ਜਿਹਾ ਸੀ, ਪੜ੍ਹਨਾ ਤਾਂ ਆਉਂਦਾ ਨਹੀਂ ਸੀ, ਅਖਬਾਰ ਪੁੱਠਾ ਫੜ ਕੇ ਬਹਿ ਗਿਆ, ਇੱਕ ਬੱਸ ਕੰਪਨੀ ਦੀ ਐਡਵਰਟਾਈਜਮੈਂਟ ਸੀ, ਪੁੱਠਾ ਫੜਿਆ, ਬੱਸ ਦੇ ਟਾਇਰ ਉੱਤੇ ਨੂੰ ਹੋ ਗਏ, ਬੱਸ ਦਾ ਜਿਹੜੀ ਛੱਤ ਆ ਉਹ ਥੱਲੇ ਨੂੰ ਹੋ ਗਈ। ਕੋਈ ਬੰਦਾ ਪੁੱਛਦਾ ਕਹਿੰਦਾ ਭਾਈ ਸਾਹਿਬ ਕੀ ਪੜ੍ਹਦੇ ਹੋ, ਕੀ ਹੋਇਆ, ਹੋਇਆ ਹੋਊਗਾ ਤਾਂ ਕੁਛ ਨੀ, ਕਹਿੰਦਾ ਇੱਕ ਬੱਸ ਉਲਟ ਗਈ, ਕਹਿੰਦਾ ਕੀ ਫੇਰ, ਸਾਰੇ ਟਾਇਰ ਉੱਤੇ ਨੂੰ ਹੋ ਗਏ, ਕਹਿੰਦਾ ਸਿਰ ਥੱਲੇ ਜੇ ਨੂੰ ਹੋ ਗਿਆ ਉਹਦਾ, ਕਹਿੰਦਾ ਕਿੰਨੇ ਕੁ ਮਰ ਗਏ, ਕਹਿੰਦਾ ਮਰਿਆ ਮੁਰਿਆ ਤਾਂ ਨੀ, ਸਗੋਂ ਸਵਾਰੀਆਂ ਖੁਸ਼ ਸੀ, ਜਿਹੜਾ ਕੰਡਕਟਰ ਸੀ ਉਹਦਾ ਸਿਰ ਥੱਲੇ ਲਿਓ ਸੀ, ਲੱਤਾਂ ਉੱਤੇ ਨੂੰ ਕਰੀ ਖੜਾ, ਖੁਸ਼ ਹੋਈ ਜਾਂਦਾ ਸੀ, ਦੂਜੀਆਂ ਸਵਾਰੀਆਂ ਵੀ ਏਦਾਂ ਹੀ ਸੀ, ਪਰ ਕਮਾਲ ਦੀ ਗੱਲ ਹੈ ਬੱਸ ਉਲਟ ਗਈ, ਮਰਿਆ ਕੋਈ ਵੀ ਨੀ ਹੈਗਾ, ਕਹਿੰਦਾ ਐ ਵੀ ਸਾਰ ਲੈਂਦੇ ਸਾਡੇ ਮੋਦੀ ਸਾਹਿਬ, ਆਈ ਸਾਰ ਲੈਂਦੇ ਨੇ। ਬਿਲਕੁਲ ਠੀਕ ਗੱਲ ਹੈ, ਬਿਲਕੁਲ ਸਹੀ ਗੱਲ। ਅੱਛਾ ਇੱਕ ਗੱਲ ਦੱਸੋ, ਤੁਸੀਂ ਨਾ ਛਪਾਰ ਵਾਲੇ ਹੈਪੀ ਬਾਬੇ ਨੂੰ ਤਾਂ ਜਾਣਦੇ ਹੀ ਹੋ, ਕਾਫੀ ਚਿਰ ਹੋ ਗਿਆ, ਤੁਸੀਂ ਉਹਦਾ ਹਾਲ ਚਾਲ ਨੀ ਸੁਣਾਇਆ, ਕਹਿੰਦੇ ਅੱਜ ਕੱਲ ਬੜਾ ਉਦਾਸ ਹੈ, ਉਹ ਕਿਹੜੀ ਗੱਲ ਉਦਾਸ ਹੈ ਜੀ? ਭਾਦੋਂ ਚੜੇ ਹੋਈ ਚੱਲ ਪਈ ਮੇਲੇ ਹੁੰਦੇ ਨੇ, ਮੈਨੂੰ ਘਾਟਾ ਪੈ ਜਾਣਾ। ਅੱਛਾ, ਕਿਉਂਕਿ ਮਿੱਟੀ ਕੱਢਣ ਵਾਲੇ ਲੋਕਾਂ ਦੀ ਗਿਣਤੀ 800 ਤੋਂ ਵੈਸੇ ਘੱਟ ਜਾਣੀ ਹੈ ਜੀ। ਅੱਛਾ, 800 ਦਾ ਮੈਨੂੰ ਪਤਾ ਨਾ ਜੀ, 800 ਬੰਦੇ ਨੂੰ ਤਾਂ ਜਿਹੜਾ ਮਿੱਟੀ ਕੱਢਣ ਜਿਹੜੇ ਅੱਗੇ ਛਪਾਰ ਜਾਂਦੇ ਸੀ ਉਹ ਇੱਕ ਹੀ ਛਪਾਰ ਦੀ ਬਜਾਏ ਨਾ ਦਿੱਲੀ ਜਾਣਗੇ, 14 ਸਤੰਬਰ ਤੋਂ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਸ਼ੁਰੂ ਹੋਣ ਜਾ ਰਿਹਾ, ਤੇ ਜੇ ਸਾਡੇ ਲੋਕ ਸਭਾ ਦੇ 543 MP ਨੇ ਤੇ ਰਾਜ ਸਭਾ ਦੇ 245 ਨੇ, ਪੌੜੇ 800 ਬਣ ਗਿਆ ਤਕਰੀਬਨ, ਠੀਕ ਹੈ ਜੀ, ਪੌੜੇ 800 ਦੇ ਰੇਟ, ਪੌੜੇ 800 ਤੋਂ ਵੀ ਜ਼ਿਆਦਾ ਬਣ ਗਿਆ, ਪੂਰੇ ਵੀ ਘੱਟ ਗਏ 800 ਤੋਂ, ਤਾਂ ਹੁਣ ਇੰਨੇ ਬੰਦੇ ਨੇ ਉੱਥੇ ਜਾਣਾ, ਸਰ ਸਮਝ ਨੀ ਆਉਂਦੀ ਵੀ ਇਹਨਾਂ ਨੇ ਉੱਥੇ ਜਾਣਾ ਕੀ ਕਰਨਾ, ਇੱਥੇ ਹੀ ਬੈਠੇ ਰਹਿਣ, ਉਹ ਟੀਵੀ ਤੇ ਦੇਖ ਲੈਣ ਜਿਹਨਾਂ ਕੋਲ ਦੇਖਣਾ ਨਾ, ਕਿਉਂਕਿ ਸਰਕਾਰ ਕਹਿੰਦੀ ਵੀ ਸਵਾਲ ਤਾਂ ਅਸੀਂ ਪੁੱਛਣ ਨੀ ਦੇਣਾ, ਮੈਂ ਤੈਨੂੰ ਪਹਿਲਾਂ ਦੱਸ ਕੇ ਦੇਣ ਵੀ ਮੋਦੀ ਜੀ ਕਹਿੰਦੇ ਨੇ ਪ੍ਰੈਸ ਕਾਨਫਰੰਸ ਨੀ ਕਰਨੀ, ਕਿਉਂਕਿ ਜੇ ਪ੍ਰੈਸ ਕਾਨਫਰੰਸ ਕਰਨਗੇ ਤਾਂ ਮੂਹਰੇ ਪੱਤਰਕਾਰ ਸਵਾਲ ਪੁੱਛਦੇ ਆ, ਹੁਣ ਕਹਿੰਦੇ ਵੀ ਸਰਕਾਰ ਨੂੰ ਕੋਈ ਸਵਾਲ ਪੁੱਛੇ, ਇਸ ਕਰਕੇ ਕਹਿੰਦੇ ਵੀ ਲੋਕ ਸਭਾ ਤੇ ਰਾਜ ਸਭਾ ਦਾ ਸੈਸ਼ਨ ਤਾਂ ਬੁਲਾ ਲਿਆ ਸਰਕਾਰ ਨੇ, ਪਰ ਕਹਿੰਦੇ ਪ੍ਰਸ਼ਨ ਕਾਲ ਨੀ ਹੋ ਰਿਹਾ ਉਹਦੇ ਚ, ਤੇ ਜੇ ਉੱਥੇ ਮਿੱਟੀ ਕੱਢਣ ਜਾਣਾ ਥੋੜਾ ਜੀ, ਤੇ ਮਿੱਟੀ ਦਾ ਫਿਰ ਛਪਾਰ ਕੱਢ ਲੈਂਦੀਆਂ ਨੇੜੇ ਇਹਨਾਂ ਨੇ ਹੈਪੀ ਬਾਬਾ ਪੁੱਛ ਰਹੇ ਜੀ, ਇਹ ਤੁਸੀਂ ਦੇਖੋ ਵੀ ਰਾਤ ਨਾ ਬੜੀ ਦੇਰ ਰਾਤ ਜਦੋਂ ਕੱਲ ਸ਼ਾਮੀ ਇਹ ਸਾਰਾ ਦਿਨ ਟੋਏ ਟੋਏ ਹੋਈ ਗਈ, ਸ਼ਸ਼ੀ ਥਰੂਰ ਤੋਂ ਲੈ ਕੇ ਅਵੈਸੀ ਸਾਹਿਬ ਤੱਕ, ਉਧਰ TMC ਦੇ ਨੇਤਾ, CPM ਦੇ ਨੇਤਾ ਤੇ ਹੋਰ ਪਤਾ ਨੀ ਕਿਹੜੇ ਕਿਹੜੇ ਲੋਕ ਇਸ ਗੱਲ ਦੇ ਉੱਤੇ ਲੱਗੇ ਰਹੇ ਵੀ ਮੋਦੀ ਨੇ ਜਿਹੜੀ ਰਹਿੰਦੀ ਖੁੰਹਦੀ ਕਸਰ ਸੀ ਜਮਹੂਰੀਅਤ ਦਾ ਗਲ ਘੁੱਟਣ ਦੀ, ਉਹ ਕਸਰ ਪੂਰੀ ਕਰਤੀ, ਵੀ ਲੋਕ ਪਾਰਲੀਮੈਂਟ ਦੇ ਵਿੱਚ ਜਾਣਾ ਕੀ ਕਰਨਾ, ਜੇ ਤੁਸੀਂ ਸਵਾਲ ਹੀ ਨਹੀਂ ਪੁੱਛ ਸਕਦੇ ਸਰਕਾਰ ਨੂੰ ਤਾਂ ਫਿਰ ਉੱਥੇ ਕੀ ਕਰਨ ਜਾਣਾ, ਤਾਂ ਉਹਦੇ ਲਈ ਬਹੁਤ ਰੌਲਾ ਰੱਪਾ ਪਾਉਣ ਤੋਂ ਬਾਅਦ
ਕੱਲ ਰਾਤ ਫਿਰ ਦੇਰ ਰਾਤ ਕਿਹਾ ਜਿਹੜੇ ਹੈਗੇ ਨੇ ਨਾ ਸੰਸਦੀ ਮਾਮਲਿਆਂ ਬਾਰੇ ਮੰਤਰੀ, ਉਹਨਾਂ ਨੇ ਕਿਹਾ ਉਹਨਾਂ ਚੰਗਾ ਫਿਰ ਅੱਧਾ ਘੰਟਾ ਦੇ ਦਿਆਂਗੇ, ਅੱਧਾ ਘੰਟਾ ਸਵਾਲ ਪੁੱਛਣੇ। ਹੁਣ ਤੁਸੀਂ ਲਾ ਲਓ ਸਾਹਿਬ ਕੋਈ 800 ਬੰਦੇ ਨੇ ਸਵਾਲ ਪੁੱਛਣੇ ਨੇ, ਤੇ 800 ਬੰਦੇ ਨੇ ਸਵਾਲ ਅੱਧੇ ਘੰਟੇ ਚ ਕਿੰਨੇ ਪੁੱਛ ਲੈਣੇ ਜੀ, ਤੇ ਕਿੰਨਿਆਂ ਦੇ ਜਵਾਬ ਮਿਲ ਜਾਣੇ? ਇਸ ਕਰਕੇ ਤੁਸੀਂ ਨਾ ਜਾਣੋ। ਹੁਣ ਦੁਬਾਰਾ ਜੀ ਇਹਦੇ ਲਈ ਬਹਾਨੇ ਦੇਖੋ ਕਿੱਡੇ ਵਧੀਆ ਲੱਭੇ। ਕੱਲ ਕਹਿੰਦੇ ਵੀ ਦੇਖੋ ਜੀ ਜਿਹੜਾ ਕਾਨੂੰਨ ਹੈ ਪਾਰਲੀਮੈਂਟ ਦਾ, ਜਿਹੜਾ ਇਹ ਨਾ ਲੋਕ ਸਭਾ ਬਾਰੇ ਜਿਹੜਾ ਸੰਸਦ ਬਾਰੇ ਕਾਨੂੰਨ ਹੈ, ਇਹਦੇ ਰੂਲ ਇਹ ਕਹਿੰਦੇ ਨੇ ਵੀ ਜੇ ਤੁਸੀਂ ਕੋਈ ਸਵਾਲ ਪੁੱਛਣਾ ਤੇ 15 ਦਿਨ ਪਹਿਲਾਂ ਪੁੱਛਣਾ ਵਾ, 15 ਦਿਨ ਪਹਿਲਾਂ ਲਿਖ ਕੇ ਭੇਜਣਾ ਵਾ, ਤੇ ਉਹਦਾ ਫਿਰ ਜਵਾਬ ਸਰਕਾਰ ਦਊਗੀ। ਉਹ ਕਹਿੰਦੇ ਵੀ 14 ਦਿਨ ਤਾਂ ਹੁਣ ਸੈਸ਼ਨ ਸ਼ੁਰੂ ਹੋਣਾ ਵਾ, ਤੇ 2 ਤਰੀਕ ਹੋਊਗੀ ਕਾਨੂੰਨ ਕਰੋਨਾ ਹੋਈ ਹੈ ਵੀ 15 ਦਿਨ ਭੌਰੇ ਚ ਰਹਿ ਕੇ ਸਵਾਲ ਕਰਕੇ ਬਾਅਦ ਚ ਆਊਗਾ। ਮੈਂ ਉਹੀ ਦੱਸਣ ਲੱਗਿਆ ਨਾ ਵੀ ਉਹ ਕਹਿੰਦੇ ਵੀ 2 ਤਰੀਕ ਹੋ ਗਈ ਤੇ 14 ਨੂੰ ਸੈਸ਼ਨ ਸ਼ੁਰੂ ਆ, ਤੇ ਹੁਣ ਤਾਂ ਰਹੀ 12 ਦਿਨ ਗਏ, ਇਸ ਕਰਕੇ ਸਵਾਲ ਤਾਂ ਤੁਸੀਂ ਸਾਰੇ ਨੀ ਪੁੱਛ ਸਕਦੇ, ਕਿਉਂਕਿ 15 ਦਿਨ ਪਹਿਲਾਂ ਪੁੱਛਣਾ ਸੀਗਾ, ਇਹ ਤੁਸੀਂ 30 ਤੋਂ ਪਹਿਲਾਂ ਪੁੱਛਣੇ ਸੀਗੇ ਸਵਾਲ, ਇਹ ਤਾਂ ਟਾਈਮ ਹੀ ਲੰਘ ਗਿਆ ਸਵਾਲ ਪੁੱਛਣ ਦਾ। ਤੇ ਦੂਜਾ ਫਿਰ ਇੱਕ ਬੰਦੇ ਨੇ ਕਾਨੂੰਨ ਦੀ ਧਾਰਾ ਦੱਸਤੀ, ਉਹ ਕਹਿੰਦਾ ਜੀ ਵੀ ਕਾਨੂੰਨ ਦੀ ਜਿਹੜੀ ਧਾਰਾ ਹੈ ਉਹਦੇ ਮੁਤਾਬਕ ਇਹਦੇ ਚ ਨਾ ਇੱਕ ਸੈਕਸ਼ਨ ਹੈ ਤੁਹਾਡਾ ਜੀ, ਉਹੀ ਦੇਖ ਰਿਹਾ ਸੀ, ਇੱਕ ਸੈਕਸ਼ਨ ਇਹ ਕਹਿੰਦੀ ਹੈ 29 ਰੂਲ 29 ਹੈ ਜਿਹੜਾ ਉਹ ਇਹ ਗੱਲ ਕਹਿੰਦਾ ਵਾ ਵੀ ਜਿਹੜਾ ਲੋਕ ਸਭਾ ਦਾ ਤੇ ਰਾਜ ਸਭਾ ਦਾ ਸਪੀਕਰ ਹੈ ਉਹ ਜੇ ਚਾਹੇ ਤਾਂ ਜਿਹੜੀ ਉਹ 15 ਦਿਨ ਦਾ ਸਮਾਂ ਉਹਨੂੰ ਘਟਾ ਸਕਦਾ ਵਾ, ਉਹ ਚਾਹੇ 10 ਦਿਨ ਕਰ ਦੇਵੇ ਚਾਹੇ ਹਫ਼ਤਾ ਕਰ ਦੇਵੇ, ਪਰ ਉਹ ਕਹਿੰਦੇ ਨਾ ਵੀ ਅਸੀਂ ਨੀ ਘਟਾਉਣਾ। ਤੇ ਹੁਣ ਸਵਾਲ ਇਹ ਹੈ ਵੀ ਜਿਹੜਾ ਸ਼ਸ਼ੀ ਤਰੂਰ ਆ ਉਹ ਕਹਿੰਦਾ ਵੀ ਮੈਂ ਤਾਂ 3 ਮਹੀਨੇ ਪਹਿਲਾਂ ਹੀ ਕਹਿੰਦਾ ਸੀਗਾ ਵੀ ਦੇਸ਼ ਦੇ ਤਾਕਤਵਰ ਨੇਤਾ, ਕਿਉਂਕਿ ਸਾਡੇ ਮੋਦੀ ਜੀ ਨੂੰ ਦੁਨੀਆਂ ਦਾ ਤਾਕਤਵਰ ਨੇਤਾ ਦੱਸਦੀ ਹੈ ਨਾ ਬੀਜੇਪੀ, ਤਾਕਤਵਰ ਨੇਤਾ ਦੁਨੀਆਂ ਤੇ ਹੈ ਹੀ ਕੋਈ ਨੀ। ਉਹ ਕਹਿੰਦੇ ਵੀ ਮੈਂ ਤਾਂ ਪਹਿਲਾਂ ਹੀ ਦੱਸਤਾ ਸੀ ਵੀ ਜਿਹੜਾ ਦੇਸ਼ ਦਾ ਤਾਕਤਵਰ ਨੇਤਾ ਉਹ ਹੁਣ ਇੱਕੀ ਲੋਕਤੰਤਰ ਦਾ ਗਲ ਘੁੱਟਣ ਲਈ ਪ੍ਰਸ਼ਨ ਕਾਲ ਬੰਦ ਕਰੂਗਾ ਸਭ ਤੋਂ ਪਹਿਲਾਂ, ਉਹ ਕਹਿੰਦਾ ਉਹਨੇ ਕਰਤਾ। ਉਧਰ ਕਾਂਗਰਸ ਦਾ ਜਿਹੜਾ ਸੁਧੀਰ ਰੰਜਨ ਹੈ ਉਹ ਕਹਿੰਦਾ ਵੀ ਸਰਕਾਰ ਨਵੇਂ ਇਤਿਹਾਸ ਰਚਣ ਦੇ ਚੱਕਰਾਂ ਚ ਇੱਕ ਹੋਰ ਇਤਿਹਾਸ ਰਚਣ ਜਾ ਰਹੀ ਹੈ ਵੀ ਦੇਸ਼ ਤੱਕ ਤਾਂ ਹੀ ਨੀ ਕਰੇ ਹੋਇਆ ਵੀ ਪ੍ਰਸ਼ਨ ਕਾਲ ਬੰਦ ਹੋਇਆ ਹੋਵੇ, ਇੱਕੀ ਪਹਿਲੀ ਵਾਰ ਹੋ ਰਿਹਾ। ਉਧਰ ਜਿਹੜੇ ਸੰਜੂ ਜੀ ਨੇ ਰੈਸੀ ਹੈ ਜਿਹੜੇ ਉਹ ਤੁਹਾਨੂੰ ਪਤਾ ਬੜਬੋਲਾ ਇੱਕ ਹੈਗਾ ਮੈਂਬਰ ਪਾਰਲੀਮੈਂਟ ਉੱਥੇ ਤੇਲੰਗਾਨਾ ਤੋਂ, ਉਹ ਆਂਧਰਾ ਤੋਂ ਸੋਰੀ, ਉਹ ਕਹਿੰਦਾ ਵੀ 1962 ਦੇ ਵਿੱਚ ਇਹ ਨੌਬਤ ਆਈ ਸੀ ਜਦੋਂ ਚੀਨ ਨਾਲ ਜੰਗ ਲੱਗੀ ਸੀ ਵੀ ਉਦੋਂ ਐਮਰਜੈਂਸੀ ਵਾਲੇ ਹਾਲਾਤ ਪੈਦਾ ਹੋ ਗਏ ਸੀ, ਕਹਿੰਦਾ ਤਾਂ ਵੀ ਜਿਹੜੇ ਦੇਸ਼ ਦੇ ਉਸ ਵੇਲੇ ਪ੍ਰਧਾਨ ਮੰਤਰੀ ਸੀਗਾ ਜਵਾਹਰ ਲਾਲ ਨਹਿਰੂ, ਉਹਨਾਂ ਨੇ ਸਭ ਤੋਂ ਪਹਿਲਾਂ ਸਾਰੀਆਂ ਪਾਰਟੀਆਂ ਦੀ ਇੱਕ ਸਾਂਝੀ ਮੀਟਿੰਗ ਸੱਦੀ ਜਿਹਨੂੰ ਕਹਿੰਦੇ ਨੇ ਸਰਬ ਪਾਰਟੀ ਮੀਟਿੰਗ। ਸਰਬ ਪਾਰਟੀ ਮੀਟਿੰਗ ਸੱਦ ਕੇ ਉਹਨਾਂ ਨੇ ਕਿਹਾ ਵੀ ਦੱਸੋ ਇਸ ਵੇਲੇ ਸੰਕਟ ਦੇ ਦਿਨ ਨੇ ਵੀ ਪ੍ਰਸ਼ਨ ਕਾਲ ਚਲਾਉਣਾ ਚਾਹੀਦਾ ਜਾਂ ਨਹੀਂ ਚਲਾਉਣਾ ਚਾਹੀਦਾ, ਤਾਂ ਉਹ ਕਹਿੰਦਾ ਵੀ ਸਾਰੀਆਂ ਰਾਜਨੀਤਿਕ ਪਾਰਟੀਆਂ ਨੇ ਕਿਹਾ ਵੀ ਇਸ ਵੇਲੇ ਜੰਗ ਲੱਗੀ ਹੋਈ ਆ ਤੇ ਹੁਣ ਸੰਸਦ ਨਹੀਂ ਚਲਾਉਣ ਦੀ ਲੋੜ ਨੀ, ਜੇ ਕੋਈ ਗੱਲ ਹੋਊਗੀ ਉਹ ਬਾਅਦ ਚ ਦੇਖ ਲਾਂਗੇ, ਪਰ ਹਾਲ ਦੀ ਘੜੀ ਆਪਾਂ ਪ੍ਰਸ਼ਨ ਕਾਲ ਜਿਹੜਾ ਵਾ ਉਹਦੀ ਕੋਈ ਲੋੜ ਨੀ ਹੈ। ਉਹ ਕਹਿੰਦਾ ਵੀ ਅੱਜ ਤਾਈਂ ਕਦੇ ਨੀ ਹੋਇਆ ਇਹ ਵੀ ਇਹ ਜਿਹੜਾ ਮੌਕਾ ਵਾ ਲੋਕਾਂ ਤੋਂ ਖੋਹ ਲਿਆ ਜਾ ਰਹੇ ਜਿਹੜੇ ਪਾਰਲੀਮੈਂਟ ਦੇ ਮੈਂਬਰ ਨੇ, ਉਹ ਕਹਿੰਦਾ ਫਿਰ ਅਸੀਂ ਉੱਥੇ ਜਾਣਾ ਕੀ ਕਰਨਾ ਜੇ ਅਸੀਂ ਉੱਥੇ ਸਵਾਲ ਹੀ ਨੀ ਪੁੱਛ ਸਕਦੇ, ਸਰਕਾਰ ਦੀ ਕਾਰਗੁਜ਼ਾਰੀ ਦੇ ਬਾਰੇ ਉਹਨਾਂ ਤੋਂ ਕੁਝ ਪੁੱਛਗਿੱਛ ਹੀ ਨੀ ਕਰ ਸਕਦੇ ਤੇ ਅਸੀਂ ਉੱਥੇ ਜਾਣਾ ਕੀ ਕਰਨਾ। ਉਹਨੇ ਤਾਂ ਇੱਕ ਤੱਕ ਵੀ ਕਹਿਤਾ, ਉਹ ਕਹਿੰਦਾ ਵੀ ਸਾਰੀ ਦੁਨੀਆਂ ਨੇ ਇਹ ਕਰ ਲਈ, ਲੋਕਾਂ ਨੇ ਹਾਈਕੋਰਟ ਸੁਪਰੀਮ ਕੋਰਟ ਵੀ ਜਾ ਕੇ ਦੇਖ ਲਿਆ ਵੀ ਆਹ ਜਿਹੜੇ ਵਿਦਿਆਰਥੀ ਨੇ ਉਹਨਾਂ ਤੋਂ ਭਾਈ ਉਹ ਜਿਹੜੇ JEE ਤੇ NEET ਤੇ ਇਹਨਾਂ ਜਿਹੜੇ ਇਮਤਿਹਾਨ ਲੈਣੇ ਸੀ ਵੀ ਸਰਕਾਰ ਉਹਨੂੰ ਤਾਂ ਗੱਲ ਲਈ ਮੰਨੀ ਨੀ ਵੀ ਵਿਦਿਆਰਥੀਆਂ ਤੋਂ ਕੋਈ ਸਵਾਲ ਨਾ ਪੁੱਛਣਾ। 45% ਵਿਦਿਆਰਥੀਆਂ ਨੇ ਪੇਪਰ ਨਹੀਂ ਦਿੱਤੇ ਗਿੱਲ ਸਾਹਿਬ, 45% ਵਿਦਿਆਰਥੀਆਂ ਬਿਲਕੁਲ ਉਹ ਤਾਂ ਜੀ ਜਿਹਨਾਂ ਨੇ ਦਿੱਤੇ ਨੇ ਉਹਨਾਂ ਨੂੰ ਵੀ ਪੁੱਛੋ ਵੀ ਉਹ ਗਏ ਕਿਵੇਂ ਨੇ। ਇੱਕ ਝਾਰਖੰਡ ਦਾ ਬੰਦਾ 300 ਕਿਲੋਮੀਟਰ ਮੋਟਰਸਾਈਕਲ ਚਲਾ ਕੇ ਆਪਣੀ ਧੀ ਨੂੰ ਪੇਪਰ ਦੇਣ ਲੱਗ ਗਿਆ 300 ਕਿਲੋਮੀਟਰ ਮੋਟਰਸਾਈਕਲ ਤੇ, ਤੇ ਬਾਕੀ ਲੋਕ ਕਿਵੇਂ ਕਿਵੇਂ ਪਹੁੰਚੇ ਨੇ ਉਹ ਪੁੱਛ ਲਓ। ਪੰਜਾਬ ਚ ਜਿੱਥੇ ਕੋਈ ਬਹੁਤਾ ਔਖਾ ਵੀ ਨੀ ਸੀ, ਆਪਣੇ ਇੱਥੇ ਬੱਸਾਂ ਵੀ ਚੱਲਦੀਆਂ ਨੇ, ਦੂਜੀ ਗੱਲ ਲੋਕਾਂ ਕੋਲ ਗੱਡੀ ਮੋਟਰ ਦਾ ਵੀ ਮਾੜਾ ਮੋਟਾ ਇੰਤਜ਼ਾਮ ਹੈਗਾ, ਤੇ 50% ਤਾਂ ਅੰਮ੍ਰਿਤਸਰ ਵੀ ਪੇਪਰ ਦੇਣ ਨਹੀਂ ਗਏ ਉਸ ਸੈਂਟਰ ਦੇ ਵਿੱਚ, ਕਿੱਥੇ ਵੀ ਨੀ ਜਾ ਸਕੇ ਲੋਕ। ਇਹ ਜਿਹੜੀ ਗੱਲ ਹੈ ਕਿ ਪਹਿਲੀ ਵਾਰ ਹੋਇਆ ਵੀ ਦੇਸ਼ ਦਾ ਜਿਹੜਾ ਪਾਰਲੀਮੈਂਟ ਸੈਸ਼ਨ ਹੈ, ਪਹਿਲੀ ਵਾਰ ਸੈਸ਼ਨ ਬੜਾ ਛੋਟਾ ਕਰਤਾ, ਇਹਦੇ ਚ ਕੋਈ 18 ਮੀਟਰ ਹੋ ਗਈਆਂ ਦੁਬਾਰਾ ਜੀ,
ਕਹਿੰਦੇ ਵੀ ਪਹਿਲੇ ਦਿਨ 14 ਸਤੰਬਰ ਨੂੰ ਸਵੇਰੇ 9 ਤੋਂ ਲੈ ਕੇ 1 ਵਜੇ ਤੱਕ ਮੀਟਿੰਗ ਹੋਊਗੀ ਤੇ ਉਦੋਂ ਬਾਅਦ ਜਿਹੜੇ ਬਾਕੀ ਦਿਨ ਨੇ ਉਹਨਾਂ ਦੇ ਵਿੱਚ ਸਵੇਰ ਤੋਂ ਸੈਸ਼ਨ ਚੱਲਣਾ, ਦੁਪਹਿਰੇ ਬਾਅਦ 3 ਵਜੇ ਪਾਰਲੀਮੈਂਟ ਜੁੜਿਆ ਕਰੂਗੀ ਤੇ 7 ਵਜੇ ਮੀਟਿੰਗ ਖਤਮ ਹੋ ਜਾ ਕਰੂਗੀ ਤੇ 14 ਸਤੰਬਰ ਤੋਂ 1 ਅਕਤੂਬਰ ਤੱਕ ਕੁੱਲ 18 ਮੀਟਿੰਗਾਂ ਹੋਣੀਆਂ ਨੇ। ਤੇ ਇਹਦੇ ਵਿੱਚ ਵੀ ਜਾਣ ਤੋਂ ਪਹਿਲਾਂ ਇਹਨਾਂ ਮੀਟਿੰਗਾਂ 'ਚ ਭਾਗ ਲੈਣ ਤੋਂ ਪਹਿਲਾਂ ਜਿਹੜੇ ਲੋਕ ਸਭਾ ਦੇ ਸਪੀਕਰ ਨੇ ਓਮ ਬਿਰਲਾ ਉਹਨਾਂ ਨੇ ਕਿਹਾ ਵੀ ਪਹਿਲਾਂ ਜਿਹੜੇ ਸਾਰੇ ਸਾਡੇ ਐਮ ਪੀ ਨੇ ਨਾ ਉਹਨਾਂ ਦਾ ਕੋਰੋਨਾ ਟੈਸਟ ਕਰਾਵਾਂਗੇ ਤੇ ਹੁਣ ਜਿਹਦਾ ਕੋਰੋਨਾ ਟੈਸਟ ਪਾਸ ਹੋ ਗਿਆ ਜਿਹੜਾ ਉਹ ਤਾਂ ਜਾਊ ਅੰਦਰ, ਜਿਹਦਾ ਜਿਹੜਾ ਕੋਰੋਨਾ ਟੈਸਟ ਵਿੱਚ ਪਾਜ਼ਿਟਿਵ ਆ ਗਿਆ ਉਹ ਅੰਦਰ ਜਾ ਨਹੀਂ ਸਕਦਾ। ਤੇ ਉਹਨਾਂ ਨੇ ਮੈਨੂੰ ਪੁੱਛਿਆ ਭਾਈ ਐਡੀ ਕੀ ਨੌਬਤ ਆ ਗਈ ਵੀ ਜਿਹੜਾ ਤੁਸੀਂ ਇਹ ਸਸਤਾ ਹੀ ਵੜਤਾ ਉੱਥੇ ਵੀ ਤੁਸੀਂ ਪ੍ਰਦਰਸ਼ਨਕਾਰੀ ਨਹੀਂ ਹੋਣਾ, ਉਹ ਜਵਾਬ ਦੇਖੋ ਕਿੱਡਾ ਥੋੜਾ। ਉਹ ਕਹਿੰਦੇ ਵੀ ਇੱਕ ਤਾਂ ਇਹ ਆ ਵੀ 15 ਦਿਨ ਵਾਲੀ ਸ਼ਰਤ ਆ ਜਿਹੜੀ ਮੈਨੂੰ ਤੁਹਾਨੂੰ ਪਹਿਲਾਂ ਦੱਸਿਆ ਵੀ 15 ਦਿਨ ਪਹਿਲਾਂ ਸਵਾਲ ਪੁੱਛਣਾ ਸੀਗਾ ਤੇ 30 ਤੋਂ ਪਹਿਲਾਂ ਪੁੱਛਣੇ ਸੀ ਉਹ ਤੁਸੀਂ ਪੁੱਛ ਨਹੀਂ ਸਕੇ ਇਸ ਕਰਕੇ ਹੁਣ ਤਾਂ ਬੰਦ ਨੇ। ਦੂਜਾ ਉਹ ਕਹਿੰਦੇ ਵੀ ਜਦੋਂ ਸਰਕਾਰ ਨੂੰ ਜਵਾਬ ਦੇਣੇ ਹੁੰਦੇ ਨੇ ਉਹਦੀ ਖਾਤਰ ਸਰਕਾਰ ਦੇ ਮੰਤਰੀ ਉਹਨੇ ਕਿਹੜਾ ਕਿਵੇਂ ਜਵਾਬ ਦੇ ਦਿੰਦੇ ਨੇ, ਉਹਨਾਂ ਨੇ ਅਫਸਰ ਸ਼ਾਹੀ ਨੂੰ ਪੁੱਛਣਾ ਹੁੰਦਾ ਵੀ ਦੱਸੋ ਕੀ ਆ। ਤੇ ਪਹਿਲਾਂ ਉਹ ਅਫਸਰਾਂ ਕੋਲੇ ਮਹਿਕਮੇ ਕੋਲੇ ਜਾਂਦਾ ਸਵਾਲ, ਉਸ ਬਾਅਦ ਉਹ ਸਵਾਲ ਦਾ ਜਵਾਬ ਲੈ ਕੇ ਉੱਥੋਂ ਦੇ ਜਿਹੜੇ ਸੈਕਟਰੀ ਜਾਂ ਚੀਫ ਸੈਕਟਰੀ ਜਾਂ ਪ੍ਰਿੰਸੀਪਲ ਸੈਕਟਰੀ ਨੇ ਉਸ ਮਹਿਕਮੇ ਦੇ ਉਹ ਫਿਰ ਫਾਈਲ ਲੈ ਕੇ ਪਾਰਲੀਮੈਂਟ ਦੇ ਵਿੱਚ ਆਉਂਦੇ ਨੇ ਜਾਂ ਰਾਜਸਭਾ ਦੇ ਵਿੱਚ ਆਉਂਦੇ ਨੇ। ਉਹ ਕਹਿੰਦੇ ਵੀ ਜੇ ਤੁਸੀਂ ਸਵਾਲ ਪੁੱਛੋਗੇ ਤਾਂ ਫਿਰ ਇੱਥੇ ਅਫਸਰ ਸ਼ਾਹੀ ਵੀ ਘਰਵਾਸ ਵੱਟ ਜੂ, ਉਹ ਹੋਣਗੇ ਇੱਥੇ ਵੱਡੀ ਗਿਣਤੀ, ਅਸੀਂ ਤਾਂ ਚਾਹੁੰਦੇ ਵੀ ਇੱਥੇ ਲੋਕ ਘੱਟ ਆਉਣ ਇਹ ਰੌਲਾ ਗੋਲਾ ਘਟਾਉਣ ਦੀ ਖਾਤਰ। ਗੱਲ ਸਾਹਿਬ ਰੋਜ਼ ਬਰੀਫਿੰਗ ਹੁੰਦੀ ਹੈ ਪ੍ਰੈਸ ਦੇ ਨਾਲ ਰਾਸ਼ਟਰਪਤੀ ਦੀ, ਅਮਰੀਕਾ ਦੀ, ਭਾਵੇਂ ਕੋਈ ਵੀ ਹੋਵੇ ਜਿਵੇਂ ਡੋਨਲਡ ਟਰੰਪ ਜੀ ਨੇ, ਉਹ ਹਰ ਗੱਲ ਦਾ ਜਵਾਬ ਦਿੰਦੇ ਨੇ ਚਾਹੇ ਕੋਰੋਨਾ ਨਾਲ ਜੁੜੀਆਂ ਗੱਲਾਂ ਨੇ ਕਿਵੇਂ ਵੀ ਜੁੜੀਆਂ ਹੋਈਆਂ ਨੇ, ਹਰ ਰੋਜ਼ ਬਰੀਫਿੰਗ ਹੁੰਦੀ ਹੈ ਪ੍ਰੈਸ ਦੇ ਵਿੱਚ ਆ ਕੇ ਖੜ ਕੇ ਜਵਾਬ ਦਿੰਦੇ ਨੇ। ਇਹ ਰਾਸ਼ਟਰਪਤੀ ਦਾ ਫਰਜ਼ ਬਣਦਾ ਜਵਾਬ ਦੇਣਾ, ਸਾਡੇ ਪ੍ਰਧਾਨ ਮੰਤਰੀ ਦਾ ਫਰਜ਼ ਬਣਦਾ ਜਵਾਬ ਦੇਣਾ ਹੈ ਹਰ ਰੋਜ਼ ਜੋ ਗੱਲ ਚੱਲ ਰਹੀ ਹੈ, ਰੋਜ਼ ਦੀਆਂ ਗੱਲਾਂ ਦਾ ਪਤਾ ਪ੍ਰਧਾਨ ਮੰਤਰੀ ਜੀ। ਅਸੀਂ ਨਹੀਂ ਦਿੰਦੇ ਜੀ ਕਰਨਾ, ਜਿਹੜਾ ਕੋਈ ਕਰਨਾ ਸਾਡੇ ਵਾਲਾ ਨਹੀਂ ਦਿੰਦਾ ਨਾਲੋ ਜੋ। ਚਲੋ ਉਹ ਤਾਂ ਠੀਕ ਹੈ, ਨਾ ਦੇਵੇ ਕੋਈ ਫਰਕ ਨਹੀਂ ਪੈਂਦਾ। ਅੱਛਾ ਇੱਕ ਗੱਲ ਦੱਸੋ ਫਿਰ, ਅੱਜ ਪਟਿਆਲਾ ਪੁਲਿਸ ਨੇ ਫਾਸਵੇ ਦੇ US ਐਂਕਰ ਦੇ ਉੱਤੇ ਇੱਕ ਪੰਗਾ ਪਾਤਾ, ਉਹ ਕਿਹੜੇ ਮੀਡੀਆ ਦੇ ਨਾਲ ਜੁੜਿਆ ਸੀ US ਐਂਕਰ ਤੇ ਕੀ ਗੱਲ? ਜਿਹੜਾ ਜੀ ਜਿਹੜਾ ਫਾਸਵੇ ਚੈਨਲ ਹੈ ਜਿਹਨੂੰ ਅਕਾਲੀਆਂ ਦਾ ਚੈਨਲ ਵੀ ਕਿਹਾ ਜਾਂਦਾ ਪੰਜਾਬ ਦਾ ਫਾਸਵੇ ਚੈਨਲ, ਉਹਨਾਂ ਦਾ ਜਿਹੜਾ US ਚੈਪਟਰ ਹੈ ਇਹ USA ਦੇ ਵਿੱਚ ਚੱਲਦਾ ਹੈ, ਉੱਥੇ ਜਿਹੜਾ ਇੱਕ ਐਂਕਰ ਹੈ ਸਰਦਾਰ ਜੀ ਨਾਂ ਤਾਂ ਨਹੀਂ ਪਤਾ ਮੈਨੂੰ ਕੀ ਆ, ਉਹਦੇ ਖਿਲਾਫ਼ ਕਿਉਂਕਿ ਮੈਂ ਕੁਛ ਦਿਨ ਪਹਿਲਾਂ ਫਾਸਵੇ ਚੈਨਲ ਦੇ ਉੱਤੇ ਇਹ ਪ੍ਰਚਾਰ ਕੀਤਾ ਵੀ ਜਿਹੜੇ ਸਰਕਾਰੀ ਹਸਪਤਾਲ ਨੇ ਉਹਨਾਂ ਦੇ ਵਿੱਚ ਜਿਹੜੇ ਕੋਰੋਨਾ ਦੇ ਮਰੀਜ਼ ਦਾਖਲ ਹੁੰਦੇ ਨੇ ਉਹ ਉੱਥੇ ਮਰ ਜਾਂਦੇ ਨੇ ਤੇ ਉਹਨਾਂ ਦੇ ਅੰਗ ਕੱਢ ਲੈ ਜਾਂਦੇ ਨੇ ਤੇ ਉਹ ਅੰਗ ਕੱਢ ਕੇ ਪੇਟ ਦੇ ਵਿੱਚ ਜਾਂਦੇ ਨੇ। ਗੱਲ ਸੱਚੀ ਆ ਇਹ ਨਹੀਂ ਸੱਚੀ ਤੁਹਾਡਾ ਵੀ ਗੱਲ ਇਹ ਆ, ਮੈਨੂੰ ਤੁਸੀਂ ਐ ਦੱਸੋ ਬਈ ਉਹਦਾ ਅੰਗ ਲਾਓਗੇ ਕਿਹਨੂੰ? ਤੁਸੀਂ ਮੈਨੂੰ ਦੱਸੋ ਵੀ ਕੋਰੋਨਾ ਵਾਲੇ ਦੇ ਲੋਕੀ ਕੁਰਦਾ ਵਾਲੇ ਨਾਲ ਹੱਥ ਤਾਂ ਘੁਮਾਉਣ ਨੂੰ ਪਿਆਰ ਨੂੰ, ਉਹਦਾ ਦਿਲ ਜਾਂ ਕੁਰਦੇ ਉਹਦਾ ਕਿਉਂ ਲਾਉਂਦਾ ਕੋਈ? ਗੱਲ ਦੇਖੋ ਇਹ ਨੀ ਹੈਗੀ, ਬੰਦਾ ਇੱਕ ਜਾਂਦਾ ਹੈ, ਮੈਨੂੰ ਕੱਲ ਇੱਕ ਫੋਨ ਆਇਆ ਪਟਿਆਲੇ ਤੋਂ, ਉਹ ਕਹਿੰਦਾ ਜੀ ਰਾਤ ਨੂੰ 7 ਵਜੇ ਮਰੀਜ਼ ਦਾਖਲ ਹੋਇਆ, ਸਵੇਰ ਦੇ 7 ਵਜੇ ਔਰ ਉਹ ਮਰ ਵੀ ਗਿਆ, ਨਾਲ ਦੀ ਨਾਲ ਸੁਨੇਹਾ ਭੇਜਤਾ ਮਰ ਗਿਆ ਜੀ ਲੈ ਜਾਓ, ਪਰ ਉਹਨੂੰ ਹੱਥ ਨਹੀਂ ਲਾਉਣ ਦਿੱਤਾ, ਲਾਂਬੂ ਲਾਉਣ ਤੱਕ ਆਪ ਚੱਲੇ ਜਾਂਦੇ ਨੇ, ਗੋਡਿਆਂ ਦੇ ਕਹਿੰਦੇ ਗੋਡੇ ਵੀ ਨਹੀਂ ਸੀ ਉਹਦੇ ਆਪਣੇ, ਉਹਦੇ ਵਿੱਚ ਕਈ ਚੀਜ਼ਾਂ ਨਹੀਂ ਸੀਗੀਆਂ ਸਰੀਰ ਦੇ ਵਿੱਚ, ਰੌਲਾ ਤੇ ਇਹ ਵੀ ਹੈ ਕਿਉਂ ਨੀ ਇਹ ਪੈਂਦਾ ਰੌਲਾ ਤਾਂ ਆਹੀ ਹੈ, ਨਹੀਂ ਦੇਖਣ ਦੇਖਣ ਨਹੀਂ ਦਿੰਦੇ ਨਾ। ਉਹੀ ਗੱਲ ਤੁਹਾਡਾ ਜੀ ਗੱਲ ਪਤਾ ਕੀ ਹੈ, ਆਪਾਂ ਝੂਠੀ ਗੱਲ ਦੀ ਹਾਮੀ ਨਾ ਭਰੀਏ, ਦੇਖੋ ਨਹੀਂ ਹਾਮੀ ਨਹੀਂ ਭਰਦਾ ਅਸੀਂ ਤਾਂ ਇਹ ਗੱਲਾਂ ਕਹਿੰਦੇ ਨਹੀਂ ਦਿੰਦੇ ਪਰ ਹਾਂਜੀ ਨਹੀਂ ਦੇਖਣ ਨਹੀਂ ਦਿੰਦੇ, ਉਹ ਪ੍ਰੋਟੋਕੋਲ ਹੈ, ਉਹ ਪ੍ਰੋਟੋਕੋਲ ਹੈ ਕੋਰੋਨਾ ਦੇ ਮਾਮਲੇ ਚ ਵੀ ਕਿਸੇ ਨੂੰ ਹੱਥ ਨਹੀਂ ਲਾਉਣ ਦੇਣਾ, ਸਿਰਫ ਦੇ ਮੂੰਹ ਦੀ ਚਿੱਪ ਖੋਲਦੇ ਨੇ ਤਾਂ ਕਿ ਉਹਦੀ ਦਰਸ਼ਨ ਅੰਤਮ ਕਰ ਸਕੋ, ਤੇ ਬਾਕੀ ਜਿਹੜਾ ਉਹਨਾਂ ਦੇ ਸਰਕਾਰ ਦਾ ਕੰਮ ਹੈ ਉਹ ਜਿਹੜੇ ਸਰਕਾਰੀ ਮੁਲਾਜ਼ਮ ਜਿਹਨਾਂ ਨੇ ਬਕਾਇਦਾ ਟ੍ਰੇਨਿੰਗ ਦਿੱਤੀ ਆ ਉਹ PPE ਕਿੱਟਾਂ ਪਾ ਕੇ ਉਹਦਾ ਜਿਹੜਾ ਅੰਤਮ ਸੰਸਕਾਰ ਕਰਦੇ ਨੇ ਉਹਦੇ ਤੋਂ, ਕਿਉਂਕਿ ਜਦੋਂ ਉਹਦੀ ਮੌਤ ਹੋ ਗਈ ਆ ਇਹਦਾ ਮਤਲਬ ਉਹ ਗੰਭੀਰ ਹਾਲਤ ਸੀ ਉਹਦੀ, ਤੇ ਫਿਰ ਬਾਕੀ ਟੱਬਰ ਨੂੰ ਕਾਹਦੇ ਲਈ ਪੂਰੀ ਟੰਗਣਾ ਇਸ ਕਰਕੇ ਆ। ਬਾਲਾ ਜੀ ਕੱਲ ਕੱਲੇ ਉਸ ਜਿਹੜਾ ਉਹਨੇ ਬੜੀ ਮਾੜੀ ਭਾਸ਼ਾ ਡਾਕਟਰਾਂ ਨਾਲ ਵਰਤੀ, ਬੜਾ ਹੋਰ ਝੂਠ ਸਫਾਨ ਬੋਲਿਆ, ਉਹਦੇ ਉੱਤੇ ਪਰਚਾ ਕੱਲ੍ਹ ਦਰਜ
ਪਟਿਆਲੇ ਦੀ ਪੁਲਿਸ ਨੇ ਕੀਤਾ। ਇਸ ਸੰਬੰਧ ਵਿੱਚ ਜਿਹੜੇ ਦੁੱਗਲ ਸਾਹਿਬ ਐਸ ਐਸ ਪੀ ਪਟਿਆਲਾ ਵਿਕਰਮਜੀਤ ਸਿੰਘ ਦੁੱਗਲ, ਉਹਨਾਂ ਨੇ ਖੁਦ ਜਾਣਕਾਰੀ ਦਿੱਤੀ ਹੈ ਔਰ ਉਹਨਾਂ ਨੇ ਕਿਹਾ ਵੀ ਉਹਨਾਂ ਨੇ ਡਾਕਟਰੀ ਅਮਲੇ ਵਿਰੁੱਧ ਜਿਹੜੇ ਕੋਰੋਨਾ ਦੇ ਯੋਧੇ ਨੇ ਉਹਨਾਂ ਦੇ ਖਿਲਾਫ਼ ਦੂਰ ਪ੍ਰਚਾਰ ਕੀਤਾ ਤੇ ਉਹਦੇ ਖਿਲਾਫ਼ ਧਾਰਾ 187 ਤੇ 505 ਦੇ ਤਹਿਤ ਤੇ ਨਾਲ ਆਫ਼ਤ ਪ੍ਰਬੰਧਨ ਕਾਨੂੰਨ 2005 ਦੀ ਧਾਰਾ 53 ਦੇ ਤਹਿਤ ਕੇਸ ਦਰਜ ਕੀਤਾ। ਉਹ ਭਾਵੇਂ ਬਾਹਰ ਰਹਿੰਦਾ ਵਾ, ਕੇਸ ਅਸੀਂ ਦਰਜ ਕਰ ਲਿਆ। ਇਸ ਤੋਂ ਬਿਨਾਂ 7 ਹੋਰ ਬੰਦਿਆਂ ਦੇ ਖਿਲਾਫ਼ ਵੀ ਪਟਿਆਲਾ ਪੁਲਿਸ ਨੇ ਮੁਕੱਦਮੇ ਦਰਜ ਕੀਤੇ ਨੇ, ਜਿਹਨਾਂ ਦੇ 5 ਨੂੰ ਗ੍ਰਿਫ਼ਤਾਰ ਵੀ ਕਰ ਲਿਆ ਗਿਆ। ਤੁਹਾਡਾ ਵੀ ਉਹਨਾਂ ਨੇ ਬਾਰ ਬਾਰ ਇਹ ਗੱਲ ਕਹੀ ਹੈ, ਪਰ ਜਿਹੜਾ ਜਿੱਥੇ ਮਾੜੀ ਗੱਲ ਆ ਉਹ ਮੈਂ ਤੁਹਾਨੂੰ ਦੱਸਣ ਲੱਗਿਆ। ਕੱਲ ਐਸ ਡੀ ਐਮ ਰਾਏਕੋਟ ਨੇ ਇੱਕ ਹੁਕਮਨਾਮਾ ਜਾਰੀ ਕੀਤਾ ਵੀ ਹੁਣ ਉਸ ਇਲਾਕੇ ਦੇ ਉੱਤੇ ਵੀ ਲੋਕਾਂ ਦੇ ਕੋਰੋਨਾ ਟੈਸਟ ਕਰੂਗੀ। ਇਹ ਜਿਹੜੀਆਂ ਅਸਰਾਂ ਦੀਆਂ ਗੱਲਾਂ ਨੇ, ਇਹ ਤਾਂ ਹੈਗੀਆਂ ਨੇ ਮਾੜੀਆਂ। ਜੇ ਤੁਸੀਂ ਟੈਸਟ ਕਰਨੇ ਆ ਜਾਂ ਕੁਛ ਵੀ ਕਰਨੇ ਆ, ਉਹ ਲੋਕਾਂ ਨੂੰ ਸਮਝਾ ਬੁਝਾ ਕੇ ਲੋਕਾਂ ਨੂੰ ਪ੍ਰੇਰਨਾ ਦੇ ਕੇ ਕਰਨੇ ਚਾਹੀਦੇ ਆ। ਇਹ ਨੀ ਹੈ ਵੀ ਤੁਸੀਂ ਕਿਸੇ ਨੂੰ ਇਲਾਕੇ ਤੇ ਰੋਕਿਆ, ਉਹਨੂੰ ਕਹੋ ਵੀ ਤੂੰ ਬਾਹਰ ਤਾਂ ਜਾਣੇ ਜਾ, ਪਹਿਲਾਂ ਟੈਸਟ ਕਰਾ। ਇਹ ਜਿਹੜਾ ਤਰੀਕਾ ਹੈ ਉਹਦੇ ਚ ਕੱਲ ਜਿਹੜੀ ਰਾਏਕੋਟ ਐਸ ਡੀ ਐਮ ਨੇ ਹੁਕਮ ਜਾਰੀ ਕੀਤਾ, ਉਹਨਾਂ ਨੇ ਕਿਹਾ ਵੀ ਜਿਹੜਾ ਨਾਕਾ ਲਾ ਕੇ ਅੱਜ 3 ਸਤੰਬਰ ਆ, ਅੱਜ ਖਾਲਸਾ ਕਾਲਜ ਦੇ ਮੂਹਰੇ ਐਸ ਐਚ ਓ ਸੁਧਾਰ ਨੇ ਨਾਕਾ ਲਾਉਣਾ, ਕਹਿੰਦੇ 100 ਬੰਦਿਆਂ ਦੇ ਟੈਸਟ ਕਰਾਊਗਾ ਐਸ ਐਚ ਓ। ਇਹਦਾ ਮਤਲਬ ਜਿਹੜਾ ਉੱਥੋਂ ਦੀ ਲੰਘਿਆ ਉਹਦਾ ਪਹਿਲਾਂ ਕੋਰੋਨਾ ਟੈਸਟ ਹੋਊਗਾ, ਤੇ ਨਾਲ ਹੀ ਐਸ ਐਚ ਓ ਜਿਹੜੇ ਸੋਰੀ ਸਰਕਾਰੀ ਹਸਪਤਾਲ ਨੂੰ ਕਿਹਾ 50 ਤੁਸੀਂ ਕਰਾਓ ਜੀ। ਟਾਈਮ ਆਪਾਂ ਨੂੰ ਇਜਾਜ਼ਤ ਨਹੀਂ ਦਿੰਦਾ, ਟਾਈਮ ਇਜਾਜ਼ਤ ਨਹੀਂ ਦਿੰਦਾ ਗਿੱਲ ਸਾਹਿਬ। ਪਰ ਇੱਕ ਗੱਲ ਜ਼ਰੂਰ ਹੈ, ਇੱਕ ਵੀਡੀਓ ਵਾਇਰਲ ਹੋਈ ਹੈ, ਇੱਕ ਨੌਜਵਾਨ ਨੂੰ ਨਾਕੇ ਦੇ ਉੱਤੇ ਰੋਕਿਆ ਜਾਂਦਾ, ਨਾ ਐਸ ਐਚ ਓ ਨੇ ਆਪਣੇ ਕੋਈ ਟੈਗ ਲਾਇਆ ਸੀ, ਉਹਦਾ ਆਈ ਡੀ ਕਾਰਡ ਸੀ, ਨਾ ਹੌਲਦਾਰ ਦੇ ਕੋਲ ਸੀ, ਕੁੱਟ ਕੁੱਟ ਕੇ ਨਾਸ ਮਾਰਤਾ ਸੀ ਉਹ ਮੁੰਡੇ ਦਾ। ਪਰ ਉਹ ਮੁੰਡੇ ਨੇ ਉਹ ਵੀਡੀਓ ਬਣ ਗਈ ਹੈ ਤੇ ਉਹ ਗੱਲ ਗਾਹਾਂ ਚਲੀ ਗਈ, ਹੁਣ ਜਾਊਗੀ ਕਿੱਥੇ ਜਾਊਗੀ। ਆਪਣੇ ਕੋਲ ਥੋੜਾ ਜਿਹਾ 2 ਮਿੰਟ ਤੋਂ ਘੱਟ ਦਾ ਸਮਾਂ ਜੀ। ਤੁਸੀਂ ਕਹਿ ਰਹੇ ਨਾ ਵੀ ਜਿਹੜਾ ਇਸ ਤਰ੍ਹਾਂ ਦਾ ਜਿਹੜਾ ਸਿਸਟਮ ਹੈ ਇਹ ਤਾਂ ਹੈਗਾ ਟੋਟਲੀ ਗਲਤ, ਪਰ ਜਿਹੜਾ ਇਹ ਪ੍ਰਚਾਰ ਹੈ ਤੁਹਾਡਾ ਵੀ ਤੰਦਰੁਸਤ ਬੰਦੇ ਦੇ ਅੰਗ ਤਾਂ ਕੋਈ ਲਾਉਂਦਾ ਨੀ ਛੇਤੀ ਕੀਤੇ, ਤੇ ਬਿਮਾਰ ਬੰਦੇ ਦੇ ਅੰਗ ਲਾ ਕੇ ਜਿਹੜਾ ਰਹਿੰਦਾ ਵਾ ਉਹਨੂੰ ਵੀ ਮਾਰਦਾ ਤੁਸੀਂ। ਇਹ ਬਿਲਕੁਲ ਝੂਠਾ ਪ੍ਰਚਾਰ ਆ, ਇਹ ਬਿਲਕੁਲ ਗਲਤ ਗੱਲ ਆ। ਦੂਜੀ ਗੱਲ, ਰੋਜ਼ ਜਿਹੜੇ ਕਿੰਨੇ ਐਕਸੀਡੈਂਟ ਹੋ ਕੇ ਲਾਪਾਰਸ ਮਰੀਜ਼ ਆਉਂਦੇ ਨੇ, ਅੱਜ ਤੱਕ ਉਹਨਾਂ ਦਾ ਤਾਂ ਦਿਲ ਕਿਸੇ ਨੇ ਕੱਢਿਆ ਨੀਗਾ, ਬਿਲਕੁਲ ਉਹਨਾਂ ਨੂੰ ਤਾਂ ਕੁਰਦੇ ਕਿਸੇ ਨੇ ਕੱਢੇ ਨੀਗੇ ਜੀ ਜੀ। ਇਹਨਾਂ ਦੇ ਦੁਬਾਰਾ ਦੇਖਾ ਤੋਂ ਕੱਢੂਗਾ ਕੋਈ ਜੀ? ਬਿਲਕੁਲ, ਥੈਂਕ ਯੂ ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ, ਮਿਲਦੇ ਹਾਂ ਕੱਲ ਨੂੰ ਫੇਰ, ਦਿਓ ਇਜਾਜ਼ਤ, ਸਤਿ ਸ੍ਰੀ ਅਕਾਲ ਜੀ। ਬਹੁਤ ਮਿਹਰਬਾਨੀ, ਸਤਿ ਸ੍ਰੀ ਅਕਾਲ। ਦੋ ਦੋਸਤੋ, ਇਹ ਸੀ ਸੰਤੋਖ ਸਿੰਘ ਗਿੱਲ, ਅਗਲਾ ਪ੍ਰੋਗਰਾਮ ਲੈ ਕੇ ਚੱਲਦੇ ਹਾਂ, ਖਬਰਾਂ ਦੀ ਦੁਨੀਆਂ ਦੇ ਵਿੱਚ ਜੁੜੇ ਰਹੋ ਰੇਡੀਓ ਚੰਨ ਪਰਦੇਸੀ ਦੇ ਨਾਲ।